up to Harvinder Singh Basi, who is sponsored here. Main sponsor, LiveCompany.com. You need a job, you hook, they'll hook you up. You got 20 new trucks. Hon up at Jordi Iqbal, Galabi Singh, the Awaz Dinal. Match shuru ho gaya. International versus Lions Club. ਮੈਂ ਜਿਹੜੇ ਤੁਹਾਡੇ ਰੂਬਰੂ ਕੀਤੇ ਜਾ ਰਹੇ ਨੇ ਲਓ ਇਸ ਸਮੇਂ ਹਰਦਵਿੰਦਰਜੀਤ ਸਿੰਘ ਦੁੱਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀ ਨਾਲ ਮੈਂ ਗੱਲ ਕੀਤੀ ਵੀ ਹਰਦਵਿੰਦਰਜੀਤ ਸਿੰਘ ਕਿੰਨਾ ਕੁ ਸਮਾਂ ਹੋ ਗਿਆ ਕਬੱਡੀ ਦੇ ਖੇਡ ਮੈਦਾਨਾਂ ਦੇ ਵਿੱਚ ਵੀ ਆਖਰਾ ਭਾਜੀ 5 ਤੋਂ 23 ਸਾਲ ਦਾ ਲਗਭਗ ਸਫ਼ਰ ਮੈਂ ਤੈਅ ਕਰ ਚੁੱਕੇ ਆ ਲਓ ਐਵੇਂ ਨਹੀਂ ਡਾਇਮੰਡ ਹਾਫ ਕਬੱਡੀ ਆਖਿਆ ਇਸ ਖਿਡਾਰੀ ਨੂੰ ਐਵੇਂ ਨਹੀਂ ਡਾਇਮੰਡ ਹਾਫ ਕਬੱਡੀ ਦਾ ਖਿਤਾਬ ਦਿੱਤਾ ਇਸ ਖਿਡਾਰੀ ਦੇ ਹਿੱਸੇ ਆਇਆ ਲਓ ਹਰਦਵਿੰਦਰਜੀਤ ਸਿੰਘ ਆਪਣੀ ਟੀਮ ਦੇ ਹਿੱਸੇ ਇੱਕ ਅੰਕੜਾ ਵਾਅਦਾ ਕਰਦਾ ਪਿਆ ਲਓ ਦਰਸ਼ਕ ਪ੍ਰੇਮੀ ਆ ਇਸ ਵੇਲੇ ਦੂਸਰੇ ਪਾਸੇ ਦੁੱਲੇ ਦੀ ਪੈਸੇ ਕਬੱਡੀ ਦੁੱਲੇ ਦੀ ਪੈਸੇ ਕਬੱਡੀ ਇੱਧਰ 9 ਅਗਸਤ ਦੇ ਸੱਦੇ ਦਿੱਤੇ ਜਾ ਰਹੇ ਨੇ ਟ੍ਰਾਂਟੋ ਪ੍ਰਿੰਟਨ ਸਪੋਰਟਸ ਕਲੱਬ ਦਾ ਮਿੱਠੂ ਦੀ ਗੱਲ ਹੋਈ ਅੱਜ ਸਮੇਂ ਕੀ ਹੇਰ ਪਰਿਵਾਰ ਦਾ ਨੌਜਵਾਨ ਖਿਡਾਰੀ ਕੈਨੇਡੀਅਨ ਬੋਰਨ ਹੈ ਪਰਮਗਿੱਲ ਜੀ ਕੈਨੇਡਾ ਦੀ ਧਰਤੀ ਦਾ ਬੋਰਨ ਨੌਜਵਾਨ ਖਿਡਾਰੀ ਦੇਖੋ ਅੱਜ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਦੇ ਜਿਹੜੇ ਜੱਫੇ ਲਾ ਰਹੇ ਆ ਸਰਕਾਰ ਦੇ ਸ਼ਿਕਸ਼ਿਤ ਖੇਡ ਮੈਦਾਨ ਦੇ ਨਾਲ ਨਵੀਂ ਜੇਡ ਜੁੜੀਆਂ ਬੈਠੀਆਂ ਨੇ ਲਓ ਗੁਰਪ੍ਰੀਤ ਸਿੰਘ ਬੁਰਜ ਹਰੀ ਸਿੰਘ ਦੀ ਧਰਤੀ ਦਾ 10ਵੇਂ ਪਾਤਸ਼ਾਹ ਦੀ ਚਰਨਿਸ਼ੋ ਪਾਵਨ ਪਵਿੱਤਰ ਧਰਤੀ ਦਾ ਫਰਮਾਨ ਹੈ ਸਭੀ ਗੰਤ ਸਿੰਘ ਜੀ ਧਾਲੀਵਾਲ ਹੋਣਾ ਦਾ ਪੇਡੂ ਜਦ ਕਬੱਡੀ ਕੱਪਾਂ ਦੀ ਸ਼ੁਰੂਆਤ ਹੋਈ ਤਾਂ ਮਾਣ ਗਿਆ ਬੈਲ ਸਿੰਘ ਜੀ ਧਾਲੀਵਾਲ ਹੋਣਾ ਨੂੰ ਲੋਧੀ ਕੱਪ ਤੋਂ ਸ਼ੁਰੂਆਤ ਹੋਈ ਦੂਸਰੇ ਪਾਸੇ ਮੰਗ ਤੁਸੀਂਗੇ ਮੰਗੀ ਇੱਕ ਪਾਸੇ ਗੁਰਪ੍ਰੀਤ ਲਾਲ ਸੁਹਾਰ ਹੱਥੋਂ ਨਿਕਲ ਗਿਆ ਪਿਆਰ ਨਾਲ ਖੇਡਣਾ ਨਸ਼ਾ ਝੂਠ ਤੇ ਭੱਦੀ ਭਾਸ਼ਾ ਰੱਖੀਏ ਦੂਰ ਮੈਦਾਨਾਂ ਤੋਂ ਰਾਜੇ ਖੇਲੇ ਚੰਗਾ ਸਿੱਖੀਏ ਚੰਗੇ ਕੁਝ ਨਿਸ਼ਾਨਾਂ ਤੋਂ ਰਾਜੇ ਖੇਲੇ ਚੰਗਾ ਸਿੱਖੀਏ ਚੰਗੇ ਕੁਝ ਨਿਸ਼ਾਨਾਂ ਤੋਂ ਦੂਸਰੇ ਪਾਸੇ ਸ਼ੀਲੂ ਹਰਿਆਣੇ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਇੰਦਰਜੀਤ ਸਿੰਘ ਦੀ ਧੁੱਗਾ ਹੋਣਾਂ ਦੀ ਟੀਮ ਦੀ ਤਰਫੋਂ ਕਰਮ ਕਮਾਨ ਹੋਣਾਂ ਦੀ ਟੀਮ ਦੀ ਤਰਫੋਂ ਰਵਿੰਦਰ ਪਾਸੀ ਹੋਣਾਂ ਦੀ ਟੀਮ ਦੀ ਤਰਫੋਂ ਸੁੱਖੇ ਪਾਸੀ ਹੋਣਾਂ ਦੀ ਟੀਮ ਦੀ ਤਰਫੋਂ ਅੱਜ ਸਾਰੇ ਕਬੱਡੀ ਪਾਉਂਦਾ ਹੈ ਇਸ ਮੈਦਾਨ ਦੇ ਵਿੱਚ ਲਓ ਪੇਟਾਂ ਦੀ ਧਰਤੀ ਦਾ ਚੰਨਾ ਦੂਸਰੇ ਪਾਸੇ ਮਿੱਠੂ ਕਰਦਾ ਕੋਸ਼ਿਸ਼ ਮੂਹਰੇ ਖੜ ਕੇ ਹੌਸਲਾ ਕਰਕੇ ਭੂਤਾ ਸਾਨ ਸਿੰਘਾਂ ਤੋਂ ਹਟ ਕੇ ਕਿਸੇ ਕਿਸੇ ਨੂੰ ਫਿਰਾਏ ਵਾਲ ਥੱਲੇ ਨਹੀਂ ਕਰਦਾ ਰਾਜੇ ਖੇਲੇ ਹਨ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਜਦ ਮੈਚ ਚੱਲਦਾ ਤਾਂ ਦੇਖਦੇ ਵੀ ਖਿਡਾਰੀਆਂ ਦੇ ਲਓ ਪੰਛੀ ਨੇ ਵੀ ਅਸਮਾਨ ਦੇ ਉੱਪਰ ਉਡਾਰੀ ਭਰੀ ਵੀ ਟੌਪ ਦੀ ਕਬੱਡੀ ਦੇਖਣ ਦੇ ਲਈ ਮਨੀ ਸੰਧੂ ਚੇਠਿਆਂ ਦੀ 1-2 ਪੰਛੀ ਅਸਮਾਨ ਚ ਉਡਾਰੀ ਹੈ ਪਰਦੇ ਇੱਕ ਹੋਰ ਪੰਛੀ ਇੱਧਰ ਗਵੀਰ ਸਿੰਘ ਟੋਪੀ ਮਨੀ ਨਹੀਂ ਲੱਗਿਆ ਗਿਆ ਨਹੀਂ ਲੱਗਿਆ ਗਿਆ ਸਫਲਤਾ ਲਾਲ ਸਪੋਰਟਸ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਜੁੜਦੀ ਹੋਈ ਮੈਂ ਵੀ ਜੈਸੇ ਕੈਮਰੇ ਫੋਰਸ ਕਰ ਲਾ ਮੈਂ ਨਹੀਂ ਅੰਕੜੇ ਜ਼ਰੂਰ ਸਾਂਝੇ ਕਰਦੀ ਹਰ ਸਮੇਂ ਦੇ ਕਿੰਨੇ ਦਰਸ਼ਕ ਬੈਠੇ ਖੇਡ ਮੁਕਾਬਲੇ ਦਾ ਨਜ਼ਾਰਾ ਲੈ ਰਹੇ ਨੇ ਲਓ ਪਈ ਹੋਈ ਕਬੱਡੀ ਖੇਡਦੇ ਇਸ ਮੈਦਾਨ ਦੇ ਵਿੱਚ ਭੇਟਾਂ ਦੀ ਧਰਤੀ ਦਾ ਚੰਨਾ ਦੂਸਰੇ ਪਾਸੇ ਪੱਪੂ ਦੀ ਧਰਤੀ ਦਾ ਲੋਕ ਭੇਟਾਂ ਦੀ ਧਰਤੀ ਦਾ ਚਰਨਜੀਤ ਸਿੰਘ ਚੰਨਾ ਲਾ ਜੱਫਾ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਇੱਕ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਰਾਈ ਟਰੈਕਿੰਗ ਵਾਲੇ ਬਿੰਦੀ ਸਰਾਈ ਹੋਰੀ ਸਤਨਾਮ ਹੋਰੀ ਕੇਜੀਐਸ ਟਰੈਕਿੰਗ ਵਾਲੇ ਫਲਾਇੰਗ ਸਿੱਖ ਹੁਣ ਕਹਿੰਦੇ ਇਸ ਧਾਰੀ ਨੂੰ ਜੇ ਤਾਂ ਖੁਸ਼ੀ ਚੱਫਾ ਲਾਉਂਦਾ ਤਾਂ ਪੱਲੇ ਵੀ ਲੈ ਲੈ ਕਲਜੀਤ ਦੀ ਹੈ ਉਸੇ ਪਾਸੇ ਭੇਟਾਂ ਦੀ ਧਰਤੀ ਦਾ ਚੰਨਾ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਇਹ ਤਰਿੰਦਰਜੀਤ ਸਿੰਘ ਜੀ ਧੁੱਗੇ ਹੋਣੀ ਆਖਦੇ ਵੀ ਅੱਜ ਗਗਨਦੀਪ ਗੱਗੀ ਦੀ ਕਬੱਡੀ ਦੀ ਘਾਟ ਜ਼ਰੂਰ ਟੀਮ ਨੂੰ ਮਹਿਸੂਸ ਹੋਵੇਗੀ ਇਸ ਫਾਈਨਲ ਮੈਚ ਦੇ ਵਿੱਚ ਲਓ ਪੈਸੀ ਅਗਲੀ ਕਬੱਡੀ ਆਈ ਸਭੀ ਕਬੱਡੀ ਦੇ ਡਾਇਮੰਡ ਦੀ ਕਬੱਡੀ ਦੇ ਹੀਰੇ ਦੀ ਕਬੱਡੀ ਡਾਇਮੰਡ ਆਫ ਕਬੱਡੀ ਅੱਜ ਸਮੇਂ ਖੇਡ ਮੈਦਾਨ ਦੇ ਵਿੱਚ ਹਰਦਵਿੰਦਰਜੀਤ ਸਿੰਘ ਦੁੱਲਾ ਅੱਜ ਸਮੇਂ ਲੈਵੀ ਬੂਟੇ ਵੀਰ ਇਹ ਨੌਜਵਾਨ ਖਿਡਾਰੀ ਕਬੱਡੀ ਪਾ ਰਹੇ ਆ ਉਧਰ ਤੀਰਾ ਨਿਜਲ ਜੀ ਕਲੌਟ ਨਿਜਲ ਹੋਣੀ ਕਹਿੰਦੇ ਕੈਨੇਡਾ ਕਬੱਡੀ ਕਬੱਡਾ ਪਹਿਲਾ ਪ੍ਰਾਈਜ਼ ਜਿਹੜਾ ਸਪੋਂਸਰ ਕਰਨਗੇ ਲਓ ਪਈ ਹੋਈ ਕਬੱਡੀ ਹਰਦਵਿੰਦਰਜੀਤ ਸਿੰਘ ਦੁੱਲਾ ਦੀ ਇੱਕ ਪਾਸੇ ਮੀਕ ਸਫਲ ਦਾ ਹਰਦਵਿੰਦਰਜੀਤ ਸਿੰਘ ਦੇ ਹਿੱਸੇ ਹਰਦਵਿੰਦਰਜੀਤ ਸਿੰਘ ਦੇ ਹਿੱਸੇ ਜਦ ਲੋਹਾ ਕੱਟਦਾ ਭਾਜੀ ਪੁਆਇੰਟ ਜਿੱਧਰ ਪੁਆਇੰਟ ਜਿਹੜਾ ਸਟੋਪਰਾਂ ਦੇ ਹਿੱਸੇ ਆ ਕਿਉਂਕਿ ਪੁਆਇੰਟ ਲਿਖਿਆ ਗੁਰਵੀਰ ਸਿੰਘ
ਵੀਰਾਂ ਨੇ ਗਲਤੀ ਹੋ ਜਾਂਦੀ ਹੈ ਕਈ ਵਾਰ, ਪਰ ਗਲਤ ਅਨਾਊਂਸ ਜ਼ਰੂਰ ਹੋਇਆ, ਪਰ ਪੁਆਇੰਟ ਜਿਹੜਾ ਇੰਟਰਨੈਸ਼ਨਲ ਦੀ ਟੀਮ ਨੇ ਕੀਤੀ ਹੈ ਇੱਕ ਲੋਹਾ ਕੱਢਣਾ ਭਾਂਬੜ ਮੱਚੇ ਚੰਗਿਆਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨੀ ਹੋਕੇ ਲਲਕਾਰਿਆਂ ਦਾ ਮੁੱਲ ਪੈਂਦਾ ਨੀ ਹੋਕੇ ਲਲਕਾਰਿਆਂ ਕਿਸਾਨ ਜਿਹੜੀ ਟੈਕਨੀਕਲ ਤੌਰ ਤੇ ਜਿਹੜੇ ਚਾਰ ਅਫੀਸ਼ੀਅਲ ਵੀ ਡਿਸਕਸ ਕਰ ਰਹੇ ਨੇ ਇਸ ਪੁਆਇੰਟ ਦੇ ਲਈ ਲਓ ਮੈਚ ਜਿਹੜਾ ਮਹਿਸੂਸ ਕਰ ਰਹੇ ਸੀ ਵੀ ਟੀਮ ਜਿਹੜੀ ਲਾਇਨਸ ਦੀ ਟੀਮ ਜਿਹੜੀ ਵਧੀਆ ਫਾਈਟ ਜਿਹੜੀ ਆਪਣੀ ਇਸ ਸਰਾਏ ਬ੍ਰਦਰਸ ਬਿੰਦੀ ਹੋਣੀ ਸਤਨਾਮ ਹੋਣੀ ਵੱਲੋਂ ਭਰਾਵਾਂ ਦਾ ਪੂਰਾ ਜ਼ੋਰ ਲੱਗਿਆ ਜਿੰਦਰ ਬੁੱਟਰ ਹੋਣੀ ਕੁਲਵੰਤ ਢੀਲ ਸਿੱਤੀ ਕੇ ਜੀ ਐਸ ਟਰੱਕਿੰਗ ਵਾਲੇ ਸੋਢੀ ਨਰਵਾਲ ਹੋਣੀ ਸੋਢੀ ਨਾਗਰੀ ਹੋਣੀ ਤੇ ਸਤਿਕਾਰਯੋਗ ਸ਼ਖੀਨਾ ਸਤਨਾਮ ਚਾਰ ਹੋਣੀ ਤੇ ਵੀਰ ਹੋਣੀ ਨੀਰਵ ਰਾਏ ਸਾਮੀ ਜਲਿਆਲੀ ਇਹ ਸਤਿਕਾਰਯੋਗ ਸ਼ਖੀਨਾ ਦੇ ਸੱਦੇ ਪੱਤਰ ਨਾਮ ਦੇ ਨਾਲ 38 ਕਾਟਾ ਮਾਰੂ ਤੇ 1984 ਦੇ ਸ਼ਹੀਦਾਂ ਦੀ ਯਾਦ
ਜਾਨ ਸਾਹਿਬ ਜੀ ਬਲਵੰਤ ਗਿੱਲ ਜੀ ਇੱਧਰ ਚੰਗੀ ਚੰਨੀ ਅਮਰੀਕ ਸਿੰਘ ਜੀ ਜਾਨ ਸਾਹਿਬ ਹੋਰਾਂ ਵਾਲੇ ਸੱਦੇ ਪੱਤਰ ਦਿੱਤੇ ਜਾ ਰਹੇ ਰਾਣਾ ਧਾਲੀਵਾਲ ਲਓ ਪੈਸੇ ਕਬੱਡੀ ਦੂਸਰੇ ਪਾਸੇ ਕਲਜੀਤ ਆਈ ਸਮੇਂ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਵਾਧਾ ਕਰਦਾ ਇੱਕ ਅੰਕ ਆਪਣੀ ਟੀਮ ਦੇ ਹਿੱਸੇ ਉਧਰ ਪੰਛੀ ਵੀ ਅਸਮਾਨ ਦੇ ਵਿੱਚ ਲੈ ਵੀ ਜੈਸੇ ਕੈਮਰੇ ਫੋਕਸ ਕਰ ਲੈ ਖੇਡ ਮੈਦਾਨ ਦੇ ਵਿੱਚ ਪੰਛੀ ਵੀ ਜਾਂਦੇ ਹੋਏ ਫਜ ਰਹੇ ਆ ਫਾਈਨਲ ਕਬੱਡੀਆਂ ਦੇ ਜਿਹੜੇ ਨਜ਼ਾਰੇ ਲੈ ਰਹੇ ਨੇ ਲਓ ਪੈਸੇ ਕਬੱਡੀ ਇੱਕ ਪਾਸੇ ਸੁੱਖਾ ਵੀ ਲਾਜਮੈਨ ਦੀਆਂ ਸੇਵਾਵਾਂ ਦੇ ਰਿਹਾ ਦੂਸਰੇ ਪਾਸੇ ਦੇਖਦੇ ਵੀ ਮੰਗਲ ਸਿੰਘ ਮੰਗੀ ਕੋਸ਼ਿਸ਼ ਕਰਦਾ ਪਰ ਗੁਰਪ੍ਰੀਤ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਅਦਾ ਕਰਦਾ ਪਿਆ ਗੁਰਪ੍ਰੀਤ ਆਪਣੀ ਟੀਮ ਦੇ ਹਿੱਸੇ ਇੱਧਰ ਇੰਟਰਨੈਸ਼ਨਲ ਦੀ ਇੰਦਰਜੀਤ ਸਿੰਘ ਜੀ ਤੁਗਾ ਹਰਵਿੰਦਰ ਵਾਸੀ ਜੀ ਸੁੱਖਾ ਵਾਸੀ ਜੀ ਆਟੋ ਪਾਉਣ ਵਾਲੀ ਕਰਮ ਕੁਮਾਰ ਜੀ ਦੇਖਦੇ ਵੀ ਸੁੱਖਾ ਵੀ ਥੋੜੀ ਡੂੰਘੀ ਸੋਚ ਦੇ ਵਿੱਚ ਹੈ ਵੀ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਗੋਦਰਾ ਸਾਹਿਬ ਘੜੀ ਜਾਵੇ ਜਸ ਸੋਲ ਜੀ ਕਿਸ ਤਰ੍ਹਾਂ ਦੀ ਰਣਨੀਤੀ ਘੜੀ ਜਾਵੇ ਲਓ ਅਮਰਵੀਰ ਸਿੰਘ ਸਿੰਗਲੀ ਦੀ ਧਰਤੀ ਦਾ ਵਰਿੰਦਰ ਨੂੰ ਨਹੀਂ ਡੱਕ ਸਕਿਆ ਜੈਤਪੁਰ ਨਗਰ ਇਸ ਖਿਡਾਰੀ ਨੇ ਮਸ਼ਹੂਰ ਕੀਤਾ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਮਨੀ ਦੇ ਹਿੱਸੇ ਇਸ ਮੈਦਾਨ ਦੇ ਵਿੱਚ ਚੜੀ ਹੋਏ ਸ਼ੇਖਰ ਜਵਾਨੀ ਕਬੱਡੀ ਇਸ ਮੈਦਾਨ ਦੇ ਵਿੱਚ ਮਨੀ ਸੰਧੂ ਚੱਠਿਆ ਦੀ ਦਾ ਜ਼ਿਲ੍ਹਾ ਕਪੂਰਥਲਾ ਹੈ ਤਕੜਾਗੜ੍ਹ ਕਬੱਡੀ ਦਾ ਇਸ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਮਗਦਾ ਹਰ ਕਬੱਡੀ ਦਾ ਲਓ ਪਈ ਹੋਈ ਕਬੱਡੀ ਹਲਕੇ ਪੈਰ ਉਖੜੇ ਸੰਭਲੇ ਆ ਫਿਰ ਕੋਸ਼ਿਸ਼ ਮੰਗੀ ਨੇ ਕੀਤੀ ਫਿਰ ਮੈਦਾਨ ਦੇ ਵਿੱਚ ਲਓ ਸਫਲਤਾ ਮਨੀ ਦੇ ਹਿੱਸੇ ਸਫਲਤਾ ਮਨੀ ਦੇ ਹਿੱਸੇ ਇੱਕੋ ਟੀਮ ਦੇ ਲਈ ਬੈਲਕੋਵਰ ਦੇ ਵਿੱਚ ਖੇਡਦੇ ਗਿਆਨ ਸਿੰਘ ਜੀ ਬੇਰਿੰਗ ਹੋਣਾ ਦੀ ਟੀਮ ਦੇ ਲਈ ਮਜੀਤ ਗਿੱਲ ਹੋਣਾ ਦੀ ਟੀਮ ਦੇ ਲਈ ਸੰਦੋਖ ਸਿੰਘ ਜੀ ਢੇਸੀ ਹੋਣਾ ਦੀ ਟੀਮ ਦੇ ਲਈ ਸਨੀ ਸਗੋਤੇ ਹੋਣਾ ਦੀ ਟੀਮ ਦੇ ਲਈ ਬੈਲਕੋਵਰ ਦੇ ਵਿੱਚ ਖੇਡਦੇ ਲਓ ਇਸ ਸਮੇਂ ਕਲਜੀਤ ਦੇ ਹਿੱਸੇ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਹੈ ਚਾਰ ਖਿਡਾਰੀ ਦਰਸ਼ਕ ਵੀਰ ਬਿਲਕੁਲ ਇਹ ਨਜ਼ਾਰਾ ਜਿਹੜਾ ਕਬੱਡੀ ਦਾ ਫਾਈਨਲ ਮੈਚ ਕੱਲੀ ਕੱਲੀ ਕਬੱਡੀ ਜਿਹੜੀ ਦੇਖਣ ਯੋਗ ਹੈ ਲਓ ਪਈ ਹੋਈ ਕਬੱਡੀ ਦੂਸਰੇ ਪਾਸੇ ਮਿੱਠੂ ਕਰਦਾ ਕੋਸ਼ਿਸ਼ ਪਰ ਸਫਲਤਾ ਕਲਜੀਤ ਦੇ ਹਿੱਸੇ ਸਫਲਤਾ ਕਲਜੀਤ ਦੇ ਹਿੱਸੇ ਹੈ ਚੱਲ ਵੀ ਪਰਮਿੰਦਰ ਸਿਆ ਪਾ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪਰਮਿੰਦਰ ਅਗਲੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ ਫ੍ਰੈਂਡਸ ਵੀਡੀਓ ਵਾਲੇ ਅੱਜ ਦੇ ਖੇਡ ਮੇਲੇ ਨੂੰ ਕਮੈਂਟ ਕਰ ਰਹੇ ਨੇ ਲਓ ਖੁਸ਼ ਦੀ ਦੂਸਰੇ ਪਾਸੇ ਦੁੱਲਾ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਸ਼ਾਹਪੁਰ ਲਾਜ਼ਮੀ ਲਈ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਣ ਵਾਲਾ ਖਿਡਾਰੀ ਸੰਦੀਪ ਨੰਗਲੰਬੀਆਂ ਵਾਲੀ ਦੇ ਨਾਲ ਰਲ ਕੇ ਖੇਡ ਮੈਦਾਨਾਂ ਦੇ ਵਿੱਚ ਖੇਡਦਾ ਲਓ ਦੂਸਰੇ ਪਾਸੇ ਹਰਦਵਿੰਦਰਜੀਤ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਇਹ ਨੌਜਵਾਨ ਰਾਜੇ ਮਹਾਰਾਜੇ ਦੀ ਟੀਮ ਦਾ ਖੇਡ ਮੈਦਾਨ ਦੇ ਅਗਲੀ ਕਬੱਡੀ ਪਾਉਂਦਾ ਟੱਚ ਕਰ ਦੇ ਵੀ ਕਿਸ ਖਿਡਾਰੀ ਨੂੰ ਟੱਚ ਕਰ ਕਿਸੇ ਨਾਲ ਮੁਕਾਬਲਾ ਕਰੇ ਹਰਦਵਿੰਦਰਜੀਤ ਸਿੰਘ ਨਹੀਂ ਡੱਕਿਆ ਜਾ ਸਕਿਆ ਨਹੀਂ ਡੱਕਿਆ ਜਾ ਸਕਿਆ ਦਰਸ਼ਕ ਵੀਰ ਖੁਸ਼ ਹੁੰਦੇ ਰਵੀ ਚੈੱਕ ਸੇ ਇੱਕ ਹੋਰ ਕੈਮਰਾ ਹਾਇਰ ਕਰ ਲੈ ਜਦੋਂ ਦਰਸ਼ਕ ਵੀਰ ਦੇਖਦੇ ਵੀ ਕੌਣ ਖਿਡਾਰੀ ਕੀ ਕਰਦਾ ਤੇ ਪ੍ਰਮੋਟਰਾਂ ਦੇ ਵੀ ਐਕਸ਼ਨ ਜਿਹੜੇ ਕੈਮਰੇ ਦੇ ਵਿੱਚ ਕੈਦ ਕਰਿਆ ਕਰ ਫਿਰ ਆਪਾਂ ਗੱਲ ਕਰੀਏ ਕਿ ਕਿਹੜੇ ਪ੍ਰਮੋਟਰ ਦਾ ਐਕਸ਼ਨ ਵਧੀਆ ਰਿਹਾ ਪੂਰੇ ਸੀਜ਼ਨ ਦੇ ਵਿੱਚ ਆਪਾਂ ਸਨਮਾਨਿਤ ਕਰ ਦਈਏ ਲਓ ਅਮਨਵੀਰ ਸਿੰਘ ਲਈ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਦਾ ਜਹਾਜ਼ ਕਬੱਡੀ ਦਾ ਜਹਾਜ਼ ਇਸ ਸਮੇਂ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਅੱਜ ਸਮੇਂ ਗੁਰਪ੍ਰੀਤ ਸਿਫਰ ਇਸ ਮੈਦਾਨ ਦੇ ਵਿੱਚ ਗੁਰਪ੍ਰੀਤ ਨੇ ਹਿੱਸੇ ਹੈ ਦਰਜੀਤ ਸਿੰਘ ਜੀ ਧੁੱਗਾ ਹੋਣੀ ਕਰਨ ਕੁਮਾਰ ਜੀ ਹਰਵਿੰਦਰ ਵਾਸੀ ਜੀ ਸਤਿਕਾਰ ਦੇ ਸ਼ਿਖੀਤਾ ਸੁੱਖਾ ਵਾਸੀ ਜੀ ਸਤਿਕਾਰ ਦੇ ਸ਼ਿਖੀਤਾ ਜੀ ਗੁਰਜੀਤ ਮਾਗੇ ਥੋੜੀ ਬੱਬਲ ਹੋਣੀ ਲੰਬੀ ਲੰਗਲ ਹੋਣੀ ਐਪੀਸੋਡ ਵਿੱਚ ਬੈਠੀ ਇਸੇ ਤਰ੍ਹਾਂ ਨਾਨੀ ਢੇਸੀ ਅਜੀ ਪਰਮਾਨਾ ਰੂਣੀ ਦੀਦਾ ਡਾਲਾ ਯੰਗ ਕਬੱਡੀ ਢੇਸੀ ਅੱਜ ਸ਼ਿਵਦਿੰਦੀ ਯੂਥ ਕਬੱਡੀ ਕਲੱਬ ਦੇ ਹਰਪ੍ਰੀਤ ਸਿਵਿਆ ਅਮਰਜੀਤ ਬਾਬੂ ਹਰਵਿੰਦਰ ਲੱਡੂ ਹੋਣੀ ਮਜੀਤ ਢੀਲ ਸਿੰਘ ਹੋਣੀ ਮੁਬਾਰਕਬਾਦ ਭੇਜਦੇ ਲਓ ਅੱਜ ਸਮੇਂ ਕਲਜੀਤ ਦੀ ਪੈਸੀ ਕਬੱਡੀ ਸਾਰੀ ਫੈਡਰੇਸ਼ਨ ਮਜੀਤ ਗਿੱਲ ਹੋਣੀ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਐਸੋਸੀਏਸ਼ਨ ਦੇ ਜੋ ਪ੍ਰਧਾਨ ਨੇ ਜਿਹਦੇ ਕਰਨਾ ਸਾਡਾ ਫਰਜ਼ ਬਣਦਾ ਲਓ ਇਸ ਸਮੇਂ ਕਲਜੀਤ ਦੂਸਰੇ
ਪਾਸੇ ਅਮਨਵੀਰ ਸਫਲ ਦਾ ਕਲਜੀਤ ਦੇ ਹਿੱਸੇ ਸਫਲ ਦਾ ਕਲਜੀਤ ਦੇ ਹਿੱਸੇ ਮੈਚ ਅਲਾ ਦਰਜੇ ਦਾ ਖੇਡਿਆ ਜਾ ਰਿਹਾ ਹੈ ਮੈਚ ਜਿਹੜਾ ਅਲਾ ਦਰਜੇ ਦਾ ਖੇਡਿਆ ਜਾ ਰਿਹਾ ਹੈ ਲਓ ਇੱਕ ਵਾਰ ਫਿਰ ਅਸੀਂ ਧੰਨਵਾਦ ਕਰਦੇ ਪਰਮ ਗਿੱਲ ਜੀ ਦਾ ਤੇ ਟੀਮ ਉੱਪਲ ਜੀ ਦਾ ਜਿਨ੍ਹਾਂ ਦੀ ਬਦੌਲਤ ਅਜਿਹੀ ਕਬੱਡੀ ਅੱਜ ਨੇ ਖੇਡ ਮੈਦਾਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਦਰਸ਼ਕਾਂ ਦੀ ਜਿਹੜੀ ਇੱਛਾ ਪੂਰੀ ਹੋਈ ਹੈ ਤਾਂ ਮੀਕ ਕੋਸ਼ਿਸ਼ ਕਰਦਾ ਪਰ ਮਦੀ ਨਹੀਂ ਡੱਕਿਆ ਜਾ ਸਕਿਆ ਨਹੀਂ ਡੱਕਿਆ ਜਾ ਸਕਿਆ ਲਓ ਪਈ ਹੋਈ ਕਬੱਡੀ ਲਓ ਪਈ ਸੀ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਸੁੱਖੇ ਵੀਰ ਜੱਫੇ ਦੇ ਲਓ ਪਈ ਸੀ ਕਬੱਡੀ ਇਸ ਸਮੇਂ ਮਿੱਠੂ ਦੀ ਤੇ ਉਧਰ ਦੇਖਦੇ ਵੀ ਇੱਕ ਪਾਸੇ ਮਿੱਠੂ ਇੱਕ ਪਾਸੇ ਦੁੱਲਾ ਇੱਕ ਪਾਸੇ ਮਿੱਠੂ ਪਰ ਸਫਲ ਦਾ ਦੁੱਲੇ ਦੇ ਹਿੱਸੇ ਆ ਸਫਲ ਦਾ ਇਸ ਖਿਡਾਰੀ ਦੇ ਹਿੱਸੇ ਆ ਇੰਦਰਜੀਤ ਸਿੰਘ ਜੀ ਤੁੱਗਾ ਕਰਨ ਕੁਮਾਰ ਜੀ ਹਰਵਿੰਦਰ ਬਾਸੀ ਜੀ ਸੁੱਖਾ ਬਾਸੀ ਜੀ ਸਾਰੇ ਵੀ ਆਖਦੇ ਵੀ ਹਰ ਇੱਕ ਜੱਫੇ ਤੇ ਇੱਕ ਇੱਕ $100 ਜਦੋਂ ਇੰਟਰਨੈਸ਼ਨਲ ਦੀ ਟੀਮ ਦਾ ਕੋਈ ਵੀ ਖਿਡਾਰੀ ਜੱਫਾ ਲਾਵੇ ਤਾਂ ਇੱਕ ਇੱਕ $100 ਲਓ ਇਸ ਸਮੇਂ ਪਈ ਹੋਈ ਕਬੱਡੀ ਤੇ ਉਧਰ ਖੇਡ ਮੈਦਾਨ ਦੇ ਵਿੱਚ ਦੇਖ ਲਓ ਪੰਛੀਆਂ ਦੀ ਵੀ ਜਿਹੜੀ ਹੌਲੀ ਹੌਲੀ ਗਿਣਤੀ ਅਸਮਾਨ ਦੇ ਵਿੱਚ ਵੱਧਦੀ ਜਾ ਰਹੀ ਹੈ ਕਿਉਂਕਿ ਮੈਚ ਇੱਕ ਕੋਟੀ ਦਾ ਇੱਧਰ ਦੇਖਦੇ ਕੋਸ਼ਿਸ਼ ਜਿਹੜੀ ਕੌਣ ਕੋਸ਼ਿਸ਼ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਬਲਜੀਤ ਸਿੰਘ ਸਾਈਤਾਂ ਦੀ ਧਰਤੀ ਦਾ ਮੀਕ ਤੇ ਹਲਕੀ ਜਿਹੀ ਸੱਟ ਲੱਗੀ ਹੈ ਸੱਚੇ ਪਾਤਸ਼ਾਹ ਮਿਹਰ ਕਰੇ ਫਸਟ ਏਡ ਨੂੰ ਗੁਜ਼ਾਰਿਸ਼ ਹੈ ਵੀ ਪਲੀਜ਼ ਫਸਟ ਏਡ ਕਮ ਇਨ ਦ ਗਰਾਊਂਡ ਲਓ ਪਈ ਹੋਈ ਕਬੱਡੀ ਮਨਿੰਦਰ ਜੋਨੀ ਦੀ ਮਨਿੰਦਰ ਜੋਨੀ ਦੀ ਖੇਡ ਮੈਦਾਨ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰੇ ਇਹਨਾਂ ਖਿਡਾਰੀਆਂ ਦੀ ਸੱਟਾਂ ਫੇਟਾਂ ਤੋਂ ਇਹਨਾਂ ਖਿਡਾਰੀਆਂ ਨੂੰ ਤੰਦਰੁਸਤੀ ਬਖਸ਼ੇ ਖੇਡ ਦੇ ਮੈਦਾਨਾਂ ਦੇ ਵਿੱਚ ਇਸੇ ਤਰ੍ਹਾਂ ਸ਼ਿਕਾਰ ਬਣੇ ਰਹਿਣ ਦਰਸ਼ਕਾਂ ਦੇ ਚਹੇਤੇ ਬਣੇ ਰਹਿਣ ਲਓ ਪਈ ਸੀ ਕਬੱਡੀ ਇਸ ਸਮੇਂ ਹਰਦਵਿੰਦਰਜੀਤ ਸਿੰਘ ਦੁੱਲੇ ਸਿਰਪੁਰ ਵਾਲੇ ਦੀ ਗਾਂਧੀ ਦੀ ਗੱਲ ਆਉਂਦੀ ਜਾਂ ਸਿਰਪੁਰ ਦਾ ਨਾਮ ਦੀ ਗੱਲ ਕਰੀਏ ਜਾਂ ਪੰਡਿਤ ਦੀ ਗੱਲ ਹੁੰਦੀ ਜਾਂ ਸਿਰਪੁਰ ਨਗਰ ਦੀ ਗੱਲ ਆਉਂਦੀ ਕਬੱਡੀ ਦੇ ਵਿੱਚ ਲਓ ਸਾਈਦਰ ਦੀ ਧਰਤੀ ਦਾ ਬਲਜੀਤ ਜਿੱਥੋਂ ਦੇ ਮੋਹਰੇ ਦੀ ਗੱਲ ਜਿੱਥੋਂ ਦੇ ਮੱਖਣ ਦੀ ਗੱਲ ਲਓ ਇਸ ਸਮੇਂ ਦੁੱਲਾ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਕਲਜੀਤ ਦੇ ਹਿੱਸੇ ਅਗਲੀ ਕਬੱਡੀ ਪਹਿਲੇ ਹਾਫ ਦੀ ਜਿਹੜੀ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਖੇਡੀ ਜਾ ਰਹੀ ਹੈ ਹਰਸਰਾ ਸਾਹਿਬ ਦੇ ਕੈਮਰੇ ਬਿਲਕੁਲ ਫੋਕਸ ਰਹੇ ਗੱਲ ਹੋਊ ਜਿਸ ਕਬੱਡੀ ਦੇ ਕਬੱਡੀ ਪੇਜ ਦੇ ਉੱਪਰ ਫੇਸਬੁੱਕ ਦੇ ਉੱਪਰ ਜਾਂ ਮੀਡੀਆ ਦੇ ਵਿੱਚ ਉਧਰ ਸਮਰਾ ਸਾਹਿਬ ਨਾਲ ਜਰਨੈਲ ਸਿੰਘ ਜੀ ਮੰਡਗਰੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਮੈਂ ਕਿਹਾ ਦੇਖਦਾ ਵੀ ਕੂਹਣੀ ਨਾ ਕੂਹਣੀ ਵੱਜਦੀ ਜਦ ਖਿਡਾਰੀ ਆਪਣੇ ਅੰਕ ਦੇ ਲਈ ਜੂਝਦੇ ਇੱਕ ਪਾਸੇ ਜਰਨੈਲ ਸਿੰਘ ਜੀ ਮੰਡ ਦੂਸਰੇ ਪਾਸੇ ਸਮਰਾ ਸਾਹਿਬ ਕਿ ਐਕਸ਼ਨ ਉਹਦੇ ਕਿਉਂਕਿ ਜੋਸ਼ ਆ ਜਾਂਦਾ ਜਿੱਥੇ ਖਿਡਾਰੀਆਂ ਨੂੰ ਉੱਥੇ ਦੇਖਣ ਵਾਲਿਆਂ ਨੂੰ ਕਬੱਡੀ ਮਾਂ ਖੇਡ ਕਬੱਡੀ ਦੀ ਗੱਲ ਹੁੰਦੀ ਖਿਡਾਰੀ ਵਧੀਆ ਉਦਮ ਕਰਦੇ ਉਹ ਇਸ ਸਮੇਂ ਮਨੀ ਦੀ ਪੈਸੀ ਕਬੱਡੀ ਇਸ ਮੈਦਾਨ ਦੇ ਵਿੱਚ ਹੈ ਮਨੀ ਦੀ ਪੈਸੀ ਕਬੱਡੀ ਇੱਕ ਵਾਰ ਫਿਰ ਯੰਗ ਸਪੋਰਟਸ ਐਂਡ ਕਲਚਰ ਕਲੱਬ ਨੂੰ ਮੁਬਾਰਕਬਾਦ ਦੂਸਰੇ ਪਾਸੇ ਕਬੱਡੀ ਦੇ ਵਿੱਚ ਹਿਮਾਲਿਆ ਪਰਬਤ ਦੇ ਤੌਰ ਤੇ ਜਾਣਾ ਜਾਂਦਾ ਗੋਭੀ ਕੋਸ਼ਿਸ਼ ਕਰਦਾ ਗੁਰਪ੍ਰੀਤ ਨਹੀਂ ਢੱਕਿਆ ਜਾ ਸਕਿਆ ਮਾਲਵਾ ਐਕਸਪ੍ਰੈਸ ਆਖੀਏ ਗੁਰਪ੍ਰੀਤ ਨੂੰ ਕੋਈ ਅਟਕਥ ਨਹੀਂ ਦੇ ਲਓ ਮਾਲਵਾ ਐਕਸਪ੍ਰੈਸ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਨੌਜਵਾਨ ਖਿਡਾਰੀ ਦੁੱਲੇ ਦੇ ਹਿੱਸੇ ਅਗਲੀ ਕਬੱਡੀ ਹੈ ਇਸ ਸਮੇਂ ਇਸ ਮੈਦਾਨ ਦੇ ਵਿੱਚ ਦੁੱਲੇ ਦੇ ਹਿੱਸੇ ਅਗਲੀ ਕਬੱਡੀ ਹੈ ਰਾਤੀ ਤਰੀਕ ਦੇ ਲਈ ਸਦੇ ਇੱਧਰ ਇਸ ਸਮੇਂ ਅਮਨਵੀਰ ਸਿੰਘ ਠਿਗਲੀ ਦੀ ਧਰਤੀ ਦਾ ਕਬੱਡੀ ਦੇ ਵਿੱਚ ਜਿੰਦਰ ਖਾਨੋਵਾਲ ਤੋਂ ਬਾਅਦ ਜਹਾਜ਼ ਦਾ ਖਿਤਾਬ ਮਿਲਿਆ ਜਿਸ ਤਰ੍ਹਾਂ ਕੁਲਵਿੰਦਰ ਕਿੰਦੇ ਤੋਂ ਬਾਅਦ ਕਹਿੰਦੇ ਪਤਨੀ ਵਾਲੇ ਕੀਤੇ ਦੇ ਹਿੱਸੇ ਕੀਤੇ ਦਾ ਖਿਤਾਬ ਆਇਆ ਉਸੇ ਤਰ੍ਹਾਂ ਜੈਟ ਪਿਆ ਇਸ ਨੌਜਵਾਨ ਦੇ ਹਿੱਸੇ ਜਹਾਜ਼ ਦਾ ਖਿਤਾਬ ਆਇਆ ਲਓ ਇਸ ਸਮੇਂ ਮਾਰ ਖਾਪੀ ਲੋਹੇ ਵਰਗੇ ਪੱਟਾਂ ਦੇ ਆਪਣੀ ਟੀਮ ਦੇ ਹਿੱਸੇ ਸਤਨਾਮ ਸਰਾਏ ਜੀ ਬਿੰਦੀ ਸਰਾਏ ਟਰੈਕਿੰਗ ਵਾਲੇ ਨਾਮ ਚੰਦ ਗੱਲ ਕਰੀਏ ਇਸੇ ਤਰ੍ਹਾਂ ਜਿੰਦਰ ਫੁੱਟਰ ਹੋਣੀ ਨਾਲ ਕਲਵੰਤ ਢੀਲਸੇ ਹੋਣੀ ਮਨਦੀਪ ਸਰਾਏ ਆਲਦੀ ਨਾਲ ਸੋਢੀ ਨਾਗਰਾ ਜੀ ਨਾਲ ਲੀੜਾ ਸਰਾਏ ਕੁਲਦੀਪ ਸਰਾਏ ਸਾਰੇ ਵੀਰਾਂ ਦਾ ਧੰਨਵਾਦ ਹੈ ਲਓ ਪਈ ਹੋਈ ਕਬੱਡੀ ਮਨੀ ਦੀ ਦੂਸਰੇ ਪਾਸੇ ਸਾਈਦੋ ਦੀ ਧਰਤੀ ਕਰਦਾ ਸਫਲ ਦਾ ਜਿਹੜੀ ਮਨੀ ਦੇ ਹਿੱਸੇ ਸਫਲ ਦਾ ਜਿਹੜੀ ਮਨੀ ਦੇ ਹਿੱਸੇ ਜੁੜਦੀ ਹੋਈ ਕਿਸੇ ਵੀ ਦਰਸ਼ਕ ਵੀਰ ਨੇ ਕਿਸੇ ਵੀ ਖੇਡ ਜਾਣੀ ਪਿਛਲੇ ਖੇਡ ਮੇਲੇ ਦੀ ਜੋ ਇੰਟਰਨੈਸ਼ਨਲ ਦਾ ਖੇਡ ਮੇਲਾ ਹੋਇਆ ਜੇ ਵੀਡੀਓ ਲੈਣੀ ਚਾਹੁੰਦੇ ਹੋ ਤਾਂ ਫਰੈਂਡਸ ਵੀਡੀਓ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਵੀਡੀਓ ਸਟੋਰ ਤੇ ਜਾ ਕੇ ਜਿਹੜੀ ਇਹ ਵੀਡੀਓ ਦੀ ਸੀਡੀ ਜਾਂ ਡੀਵੀਡੀ ਤੁਸੀਂ ਲੈ ਸਕਦੇ ਹੋ ਅਮਨਵੀਰ ਸਿੰਘ ਇਸ ਸਮੇਂ ਫਿਰ ਕੋਸ਼ਿਸ਼ ਕਰਦਾ ਪਰ ਸਫਲ ਦਾ ਜਿਹੜੀ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਜੋਨੀ ਦੇ ਹਿੱਸੇ ਹੈ ਹਰਪ੍ਰੀਤ ਸਿੰਘ ਬੜੀ ਹਰਵਿੰਦਰ ਲੱਡੂ ਬੜੀ ਮਾਣ ਕਰਦੇ ਅਮਨਵੀਰ ਤੇ
ਇਧਰ ਸ਼ਹੀਦ ਭਗਤ ਸਿੰਘ ਦੇ ਬਿੱਟੇ ਸੋਹੀ ਹੋਣੀ ਪਵਨ ਬਰਾੜ ਸਤਵਿੰਦਰ ਦਿਓਲ ਹੋਣੀ ਮੁਬਾਰਕਬਾਦ ਭੇਜਦੇ, ਵਿਸ਼ੇਸ਼ ਕਬੱਡੀ ਕਲੱਬ ਦੇ ਰਾਣੇ ਹੋਣੀ ਮੰਗੇ ਹੋਣੀ ਬੁੱਧੂ ਹੋਣੀ ਮੁਬਾਰਕਬਾਦ ਭੇਜਦੇ, ਜੋਤੀ ਪਨੇਰ ਹੋਣੀ। ਲਓ ਭਾਈ ਜੀ ਅਗਲੀ ਕਬੱਡੀ ਹੈ ਇਸ ਸਮੇਂ ਇਸ ਨੌਜਵਾਨ ਹਰਦਵਿੰਦਰਜੀਤ ਸਿੰਘ ਦੀ, ਦੂਸਰੇ ਪਾਸੇ ਗੋਪੀ ਹੈ, ਇੱਕ ਪਾਸੇ ਜਿਹੜਾ ਤਰਨ ਤਰਨ ਸਾਹਿਬ ਦੇ ਪਵਿੱਤਰ ਧਰਤੀ, ਦੂਸਰੇ ਪਾਸੇ ਰਾਜੇ ਮਹਾਰਾਜਿਆਂ ਦੀ ਧਰਤੀ। ਲਓ ਇਸ ਸਮੇਂ ਲਾਲ ਸੂਹਾ ਰੰਗ ਵੱਜਦੀ ਹੈ, ਹਜੇ ਧੌਲਾ ਵੱਜਦੇ ਹੋਏ ਧੌਲੇ ਤੇ ਐਵੇਂ ਨੀ ਡਾਇਮੰਡ ਆਫ ਕਬੱਡੀ ਆਖਿਆ ਇਸ ਨੌਜਵਾਨ ਖਿਡਾਰੀ ਨੂੰ ਵੀ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਲੰਮਾ ਤਜਰਬਾ ਰੱਖਦਾ ਖੇਡ ਮੈਦਾਨ ਦੇ ਵਿੱਚ। ਜਿਸ ਤਰ੍ਹਾਂ ਸਚਿਨ ਤੇਂਦੁਲਕਰ ਨੇ ਕਹਿੰਦੇ ਕ੍ਰਿਕਟ ਦੇ ਵਿੱਚ ਲੰਮਾ ਤਜਰਬਾ ਰੱਖਿਆ ਆਪਣੇ ਲੰਮੇ ਸਮੇਂ ਦੇ ਲਈ ਆਪਣੀ ਖੇਡ ਜਿਹੜੀ ਕ੍ਰਿਕਟ ਦੇ ਵਿੱਚ ਖਾਈ, ਨਵੀਂ ਜਿੱਤ ਸਿੰਘ ਸੌਕਰ ਦੀ ਵੀ ਅਪਡੇਟ ਕਰ ਲਈਏ ਵੀ ਅੱਜ ਬ੍ਰਾਜ਼ੀਲ ਦੇ ਵਿੱਚ ਵੀ ਤਕੜੇ ਖੇਡ ਮੁਕਾਬਲੇ ਜਿਹੜੇ ਸੌਕਰ ਦੇ ਹੋ ਰਹੇ ਨੇ, ਵਰਲਡ ਕੱਪ ਦੀ ਗੱਲ ਹੁੰਦੀ। ਉਹ ਇਸ ਸਮੇਂ ਕੁਲਜੀਤ ਦੀ ਪਈ ਸੀ ਕਬੱਡੀ, ਦੂਸਰੇ ਪਾਸੇ ਸਫਲਤਾ ਜਿਹੜੀ ਕੁਲਜੀਤ ਦੇ ਹਿੱਸੇ, ਸਫਲਤਾ ਜਿਹੜੀ ਕੁਲਜੀਤ ਦੇ ਹਿੱਸੇ ਆ। ਇੱਕ ਵਾਰ ਤਾੜੀ ਮਾਰਦੇ ਪਿਆਰੇ ਦਾ ਮੈਂ ਫੇਰ ਦੱਸਾਂ ਕਿ ਸਥਿਤੀ ਏਦਾਂ ਦੀ ਲੱਗਦੀ ਹੈ ਮੈਨੂੰ। ਇੱਕ ਵਾਰ ਜ਼ਰੂਰ ਤਾੜੀ ਮਾਰ ਦਈਏ ਵੀ ਮੈਚ ਜਿਹੜਾ ਫਾਈਨਲ ਮੈਚ ਦਾ ਪਹਿਲਾ ਹਾਫ ਹੋਇਆ, ਫਾਈਨਲ ਮੈਚ ਦਾ ਜਿਹੜਾ ਪਹਿਲਾ ਹਾਫ ਹੈ ਇਸ ਸਮੇਂ, ਜਿੱਥੇ ਦਰਸ਼ਕਾਂ ਦਾ ਜ਼ੋਰ ਲੱਗਦਾ, ਖੇਡ ਪ੍ਰਮੋਟਰਾਂ ਦਾ ਵੀ ਜ਼ੋਰ ਲੱਗਦਾ ਤੇ ਇੱਧਰ ਦੇਖਦੇ ਵੀ ਸੁੱਖਾ ਬਾਜ਼ੀ ਦੇਖਦਾ ਵੀ ਸਾਡੀ ਟੀਮ ਲੱਗਦਾ ਥੋੜੀ ਪੂਰਾ ਕਰੀ ਬੈਨ ਦਾ। Young Sports Kabaddi Club here live from Dixie Gordo in Toronto, Brampton, Ontario. This is a particular match. The Lions team international is very good. The first match is very good. I'm going to go to Toronto Kabaddi Federation, Pradhan Jarnal Singh Mund. But let everybody know that this person paid our ticket to be here. So to see a match is based on their life. So bhai, thank you so much for that. ਮੈਚ ਕਿੰਨਾ ਫਸਲ ਹੈ ਇਸ ਮੈਚ? ਬਹੁਤ ਵਧੀਆ ਮੈਚ ਹੈ, ਬਿਲਕੁਲ ਦਰਸ਼ਕ ਜਿੰਨੇ ਵੀ ਹੈ ਬਿਲਕੁਲ ਸਾਹ ਰੋਕ ਕੇ ਮੈਚ ਦੇਖ ਰਿਹਾ ਇਸ ਟਾਈਮ। ਬਹੁਤ ਇੱਕ ਅੱਧੇ ਪੁਆਇੰਟ ਦੇ ਨਾਲ ਹੀ ਜਿੱਤ ਹਾਰ ਦਾ ਫੈਸਲਾ ਹੋਵੇਗਾ। ਪਰ ਭਾਈ ਲਗਾਤਾਰ ਦੂਜੀ ਵਾਰੀ ਤੁਹਾਡਾ ਟੂਰਨਾਮੈਂਟ ਇੰਨਾ ਭਰਿਆ ਆ, ਵਾਟ ਡਸ ਦਾ ਮੀਨ ਅਬਾਊਟ ਯੂਰ ਫੈਡਰੇਸ਼ਨ? ਇਹ ਫੈਡਰੇਸ਼ਨ ਦੇ ਜਿੰਨੇ ਵੀ ਹਾਰਡ ਵਰਕ ਕੀਤਾ ਹੈ, ਸਾਰੇ ਜਿੰਨੇ ਮੈਂਬਰ ਆ ਉਹ ਬਹੁਤ ਇੱਕ ਦੂਜੇ ਨਾਲ ਕੋਆਪਰੇਟ ਕਰਕੇ ਚੱਲਦੇ ਆ ਅਤੇ ਬਾਕੀ ਪਲੇਅਰ ਵੀ ਜਿਹੜੇ ਟੌਪ ਦੇ ਆ, ਅਤੇ ਇਸ ਕਰਕੇ ਇਹ ਜਿੰਨੇ ਵੀ ਮੈਚ ਹੋਇਆ ਬਹੁਤ ਕਾਮਯਾਬ ਹੈ। ਇਹ ਮੈਚ ਜਿਹੜਾ ਪਹਿਲੇ ਮੈਚ ਨਾਲੋਂ ਵੀ ਜ਼ਿਆਦਾ ਸਕਸੈਸਫੁਲ ਹੋਇਆ। ਹੁਣ ਜਿਹੜੇ ਟੂਰਨਾਮੈਂਟ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ, ਅਗਲੇ ਵੀਕਐਂਡ ਸੈਟਰਡੇ ਟੂਰਨਾਮੈਂਟ ਆ, ਸੰਡੇ ਨਹੀਂ, ਸੈਟਰਡੇ ਇਸੇ ਗਰਾਊਂਡ ਦੇ ਵਿੱਚ ਹੈ 28 ਤਰੀਕ ਨੂੰ, ਗੁਰੂ ਘਰ ਦੀਆਂ ਗਰਾਊਂਡਾਂ ਵਿੱਚ ਹੀ ਮੈਚ ਹੋਏਗਾ। ਉਸ ਤੋਂ ਬਾਅਦ ਫਿਰ ਜੁਲਾਈ ਦੇ ਵਿੱਚ ਹੈਗਾ ਇੱਕ ਉਹ ਪਾਵਰਡ ਦੀਆਂ ਗਰਾਊਂਡਾਂ ਦੇ ਵਿੱਚ ਹੋਣਗੇ 27 ਜੁਲਾਈ ਨੂੰ ਹੈ, ਅਤੇ ਮੁੜ ਕੇ ਬਾਅਦ 3 ਅਗਸਤ ਨੂੰ ਹੈ। ਉਸ ਤੋਂ ਬਾਅਦ ਕੱਪ ਹੋਵੇਗਾ 9 ਅਗਸਤ ਨੂੰ ਕੋਪਸ ਕੋਲਸਿਮ ਹੈਮਿਲਟਨ ਦੇ ਵਿੱਚ, ਜੋ ਕਿ ਬ੍ਰਾਂਪਟਨ ਟੋਰਾਂਟੋ ਕਬੱਡੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ। ਥੈਂਕ ਯੂ ਸੋ ਮਚ ਜਨਰਲ ਭਾਈ। ਸੋ ਇਹ ਸੀ ਜਰਨੈਲ ਸਿੰਘ ਮਾਨ ਜੋ ਟੋਰਾਂਟੋ ਕਬੱਡੀ ਫੈਡਰੇਸ਼ਨ ਪ੍ਰਧਾਨ ਹੈ। ਇਹਨਾਂ ਦੀ ਇਹਨਾਂ ਦੇ ਪੈਸੇ ਕਰਕੇ ਅਸੀਂ ਇੱਥੇ ਪਹੁੰਚੇ ਹਾਂ, ਇੰਨੀ ਟਿਕਟਾਂ ਲੱਗੀਆਂ ਸੀਗੀਆਂ ਤਾਂ ਕਿ ਅਸੀਂ ਇੱਥੇ ਆ ਕੇ ਤੁਹਾਡੇ ਵਾਸਤੇ ਕਬੱਡੀ ਪੇਸ਼ ਕਰ ਸਕੀਏ। ਸੋ ਲਾਇਨਸ ਕਬੱਡੀ ਕਲੱਬ ਦੀ ਹੁਣ ਗੱਲ ਕਰਦੇ ਹਾਂ। ਪਲੇਅਰਸ ਟੂ ਵਾਚ ਬਾਟ ਯੂ ਬਾਈ ਗਿਆਨ ਸਿੰਘ ਬਿਰਿੰਗ, ਵੈਂਕੂਵਰ ਕਬੱਡੀ ਕਲੱਬ। ਇੰਟਰਨੈਸ਼ਨਲ ਸਾਈਡ ਤੇ ਆਪਾਂ ਦੇਖਦੇ ਹਾਂ ਕਿ ਇਸ ਟੀਮ ਦੇ ਵਿੱਚ ਕੁਲਜੀਤ ਅਮਰ ਸਿੰਘ ਵਧੀਆ ਖੇਡ ਰਿਹਾ ਆ, ਅਤੇ ਮੀਕ ਦੇ ਸੜ ਲੱਗ ਗਈ, ਉਹਦੇ ਮੂੰਹ ਤੋਂ ਖੂਨ ਨਿਕਲਿਆ ਸੀਗਾ, ਉਹ ਤੇ ਥੋੜ੍ਹੀ ਜਿਹੀ ਹੈਡ ਇੰਜਰੀ ਹੈਗੀ ਆ, ਪਰ ਸ਼ਾਇਦ ਉਹ ਦੁਬਾਰਾ ਖੇਡੂਗਾ। ਸੋ ਇੰਟਰਨੈਸ਼ਨਲ ਦੀ ਟੀਮ ਹੁਣ ਵਧੀਆ ਖੇਡ ਰਹੀ ਆ, ਪਰ ਟੀਮ ਨੂੰ ਹੋਰ ਜੱਫੇ ਕੱਢਣੇ ਪੈਣੇ ਆ ਤਾਂ ਕਿ ਇਹ ਮੈਚ ਜਿੱਤ ਸਕੇ। ਦੂਜੇ ਪਾਸੇ ਲਾਇਨਸ ਕਬੱਡੀ ਕਲੱਬ ਦੀ ਟੀਮ ਵਧੀਆ ਫਾਈਟ ਦਿਖਾ ਰਹੀ ਆ। ਮਿੱਠੂ ਹੇਅਰ, ਚੰਨਾ ਭੇਟਾਂ ਵਾਲਾ, ਅਮਨ ਤਿੰਗਲੀ ਅਤੇ ਹਾਇਰੋ ਵਧੀਆ ਸਟਾਪ ਕਰ ਰਹੇ ਆ, ਮੈਸਿਵ ਸਟਾਪ। ਦੂਜੇ ਪਾਸੇ ਗੁਰਪ੍ਰੀਤ ਬੁਖਾਰੀ ਸਿੰਘ ਵਧੀਆ ਖੇਡ ਰਿਹਾ, ਅਤੇ ਸੋ ਫਾਰ ਵੱਡਾ ਦੁੱਲਾ, ਹੀ ਇਜ਼ ਪਲੇਇੰਗ ਫੈਂਟੈਸਟਿਕ, ਜਿਹਨੂੰ ਕਹਿੰਦੇ ਹੈ ਡਾਇਮੰਡ ਆਫ ਕਬੱਡੀ। ਡਾਇਮੰਡ ਇਸ ਸਮੇਂ ਚਮਕਦਾ ਆ, ਅਤੇ ਹੀ ਇਜ਼ ਪਲੇਇੰਗ ਵੈਰੀ ਗੁੱਡ ਕਬੱਡੀ ਰਾਈਟ ਨਾਓ ਸੋ ਫਾਰ ਨਾਨ ਸਟਾਪ, ਅਤੇ ਜੇ ਨਾਨ ਸਟਾਪ ਚੱਲਿਆ ਫਿਰ ਲਾਇਨਸ ਕਬੱਡੀ ਕਲੱਬ ਇਹ ਕੱਪ ਚੱਕ ਸਕੇਗੀ। ਸੋ ਵਧੀਆ ਮੈਚ ਹੋ ਰਿਹਾ ਆ, ਮੀਂਹ ਥੋੜ੍ਹੀ ਸੜ ਲੱਗ ਗਈ ਆ, ਪਰ ਇੰਝ ਲੱਗਦਾ ਕਿ ਉਹ ਦੁਬਾਰਾ ਚੇਨ ਵਿੱਚ ਆਊਗਾ। ਪਰ ਆਲਸੋ ਇਸ ਟੀਮ ਦੇ ਵਿੱਚ ਡੈਪਥ ਹੈ, ਬਲਜੀਤ ਸਾਧੂ ਵੀ ਹੈਗਾ ਆ, ਸੋ ਪੰਜ ਟੌਪ ਤੇ ਪੰਜ ਜਾਫੀ ਹੈਗੇ ਆ, ਅਤੇ ਇੰਟਰਨੈਸ਼ਨਲ ਟੀਮ ਹੁਣ ਵਧੀਆ ਫਾਈਟ ਕਰਕੇ ਦੁਬਾਰਾ ਇਸ ਗੇਮ ਵਿੱਚ ਆਊਗੀ। ਇਹਦੀ ਰੇਡ ਇਸ ਸਮੇਂ ਗੱਗੀ ਦੇ ਬਿਨਾਂ ਤੁਰ ਰਹੀ ਹੈ, ਗੱਗੀ ਇੰਜਰਡ ਹੈ, ਉਹ ਨਹੀਂ ਖੇਡ ਰਿਹਾ। ਸੋ ਕੁਲਜੀਤ ਅਮਰ ਸਿੰਘ ਵਧੀਆ ਖੇਡ ਰਿਹਾ, ਪਿਛਲੇ ਮੈਚ ਦੇ ਵਿੱਚ ਉਸ ਇੱਕ ਜੱਫਾ ਸੀਗਾ, ਅਤੇ ਸੋ ਫਾਰ ਨਾਨ ਸਟਾਪ ਚੱਲ ਰਿਹਾ ਆ। ਸੋ ਇਹ ਸਨ ਸਾਡੇ ਪਲੇਅਰਸ ਟੂ ਵਾਚ, ਦੋਵੇਂ ਇੰਟਰਨੈਸ਼ਨਲ ਸਾਈਡ ਅਤੇ ਲਾਇਨ ਸਾਈਡ ਦੇ। ਅਤੇ ਧੰਨਵਾਦ ਕਰਦੇ ਸਾਡੇ ਪਲੇਅਰਸ ਟੂ ਵਾਚ ਦੇ ਸਪਾਂਸਰ ਗਿਆਨ ਸਿੰਘ ਬਿਰਿੰਗ, ਵੈਂਕੂਵਰ ਕਬੱਡੀ ਕਲੱਬ ਦੇ ਪ੍ਰਬੰਧਕ, ਜਿਸ ਦਾ ਟੂਰਨਾਮੈਂਟ ਜੁਲਾਈ 13 ਨੂੰ ਸ਼ਾਨੇ ਪੰਜਾਬ ਅਤੇ ਯੂਥ ਨਾਲ ਹੋ ਰਿਹਾ ਆ, ਬੀ ਸੀ ਦੇ ਗਰਾਊਂਡ ਵਿੱਚ ਬੈਲ ਸੈਂਟਰ, ਜੁਲਾਈ 6 ਨੂੰ ਖਾਮਾਗਟਾ ਮਾਰੋ ਦੀ ਟੀਮ ਆਪਣਾ ਟੂਰਨਾਮੈਂਟ ਹੋਸਟ ਕਰ ਰਹੀ ਹੈ। ਬੈਲ ਸੈਂਟਰ ਵਿੱਚ ਹੁਣ ਦੁਬਾਰਾ ਜੁੜਦੇ ਹਾਂ ਆਪਾਂ। ਦੂਸਰੇ ਹਾਲ ਦੇ ਵਿੱਚ ਕਿਸ ਤਰ੍ਹਾਂ ਕਿਹੜੀ ਟੀਮ ਪਾਸਾ ਵੱਢੇਗੀ,
ਸੋ ਇਸ ਸਮੇਂ ਆਪਣਾ ਦੇਖਦੇ ਹਾਂ ਕਿ ਮੈਸੇਜ ਆ ਰਹੇ ਆ ਆਲ ਓਵਰ ਫਰਮ ਦ ਵਰਲਡ ਚੇਅਰਮੈਨ ਦੁਆਬਾ ਸਪੋਰਟਸ ਕਲਚਰ ਕਲੱਬ ਨਿਊਜ਼ੀਲੈਂਡ ਬਲਹਾਰ ਮਾਹੌਲ ਧੰਨਵਾਦ ਤੁਹਾਡਾ ਕਿ ਤੁਸੀਂ ਇਹ ਮੈਚ ਦੇਖ ਰਹੇ ਹੋ ਆਨੰਦ ਮਾਣੋ ਅਤੇ ਇਸ ਤਰ੍ਹਾਂ ਦੇ ਹੋਰ ਮੈਸੇਜ ਭੇਜੋ ਤਾਂ ਕਿ ਸਾਡੇ ਮੇਨ ਸਪੋਰਟਸ ਪਰਸਨ ਮੇਨ ਸਪੋਂਸਰਸ ਹੋਰ ਇਸ ਤਰ੍ਹਾਂ ਮੈਚ ਤੁਹਾਨੂੰ ਦਿਖਾ ਸਕੀਏ ਜੋੜਦੇ ਆ ਫੀਲ ਦੇ ਨਾਲ ਇਹਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਕਹੇ ਸੁਖ ਚੈਨ ਬਰਾੜ ਹੁਣ ਤਾਂ ਸਾਰੀ ਦੁਨੀਆ ਵਿੱਚ ਛਾ ਗਏ ਪੰਜਾਬੀ ਤੇ ਤਾਂਹੀਓ ਓਨਟਾਰੀਓ ਸਰਕਾਰ ਨੇ ਨਾਲ ਜਗਮੀਤ ਸਿੰਘ ਸਰਦਾਰ ਰੱਖਿਆ ਤਾਂਹੀਓ ਓਨਟਾਰੀਓ ਸਰਕਾਰ ਨੇ ਨਾਲ ਜਗਮੀਤ ਸਿੰਘ ਸਰਦਾਰ ਰੱਖਿਆ ਜਗਮੀਤ ਸਿੰਘ ਨੂੰ ਕਿੰਨਾ ਕੁ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਹਾਂ 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 ਜਗਮੀਤ ਸਿੰਘ ਇਹ ਪਿਆਰ ਹੈ ਲੋਕਾਂ ਦਾ ਤੂੰ ਲੋਕਾਂ ਦਾ ਦਿਲ ਜਿੱਤਿਆ ਤੇ ਵੋਟਾਂ ਦਾ ਬੜੇ ਲੋਕ ਜਿੱਤ ਜਾਂਦੇ ਪਰ ਦਿਲ ਚੰਦ ਬੰਦੇ ਜਿੱਤੇ ਆ ਤੇ ਮੈਂ ਉਹਨੂੰ ਬੇਨਤੀ ਕਰੂੰਗਾ ਕਿ ਇੱਕ ਵਧਾਈ ਦਾ ਸੰਦੇਸ਼ ਇੱਕ ਮਿੰਟ ਦੇ ਵਿੱਚ ਮੈਂ ਸਾਂਝਾ ਕਰ ਦੇਣ ਮੈਚ ਚੱਲਦੇ ਦੇ ਵਿੱਚ ਯੰਗਸਟਰ ਕਬੱਡੀ ਹੈ ਯੰਗਸਟਰ ਟੀਮ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਬਹੁਤ ਵਧੀਆ ਅੱਜ ਸਮਾਗਮ ਰੱਖਿਆ ਇਸ ਦੇ ਨਾਲ ਨਾਲ ਮੈਂ ਸਾਰੇ ਦਾ ਤਹਿ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਤੁਸੀਂ ਹੋਮਾ ਮਾ ਕੀ ਸਾਡੀ ਮਦਦ ਕੀਤੀ ਹੈ ਤੁਸੀਂ ਦਿਖਾਇਆ ਕਿ ਅਸੀਂ ਇੱਥੇ ਵੱਖਰਾ ਕਿਸਮ ਦਾ ਸਿਆਸਤ ਸ਼ੁਰੂ ਕੀਤੀ ਹੈ ਅਤੇ ਤੁਹਾਡੇ ਮਦਦ ਦੇ ਬਿਨਾਂ ਅਸੀਂ ਕਰ ਨਹੀਂ ਸਕਦੇ ਕੁਛ ਵੀ ਸੋ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਥੋੜੇ ਸ਼ਬਦਾਂ 'ਚ ਬਹੁਤ ਕੁਛ ਕਹਿ ਦਿੱਤਾ ਇਧਰਲੇ ਪਾਸੇ ਗੁਰਪ੍ਰੀਤ ਸਿੰਘ ਗੁਰਜ ਹਰੀਕਾ ਪਿੰਡ ਨੌਜਵਾਨ ਦਾ ਗੋਪੀ ਨੂੰ ਹੱਥ ਲਾ ਕੇ ਆਪਣੇ ਪਾਲੇ ਵੱਲ ਵੱਧਦਾ ਹੋਇਆ ਲੈਂਡ ਸਪੋਰਟਸ ਕਲੱਬ ਦੇ ਕੁਲਦੀਪ ਸਿੰਘ ਸਰਾਣਾ ਜਸਪਾਲ ਸਿੰਘ ਜੀ ਮਾਨ ਕੁਲਵੰਤ ਸਿੰਘ ਢੀਡਸਾ ਜਿੰਦਰ ਪੁੱਟਰ ਹੋਰ ਬਹੁਤ ਸਾਰੇ ਨੌਜਵਾਨ ਇਸ ਕਲੱਬ ਦੇ ਨਾਲ ਜੁੜੇ ਹੋਏ ਆ ਇੱਕ ਪਾਸੇ ਲੈਂਡ ਸਪੋਰਟਸ ਕਲੱਬ ਦੂਜੇ ਪਾਸੇ ਸਾਡੇ ਹਰਵਿੰਦਰ ਸਿੰਘ ਜੀ ਬਾਸੀ ਸੁੱਖਾ ਬਾਸੀ ਇੰਦਰਜੀਤ ਸਿੰਘ ਧੁੱਗਾ ਵੀਰਪਾਲ ਧੁੱਗਾ ਕਾਲਾ ਧੁੱਗਾ ਤੇ ਉਹਨਾਂ ਦੇ ਨਾਲ ਸਾਡੇ ਪੁਰਾਣੇ ਸਾਬਕਾ ਕਬੱਡੀ ਦੇ ਪ੍ਰਮੋਟਰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਜਸ ਤੇ ਉਹਨਾਂ ਦੇ ਨਾਲ ਸਾਡਾ ਵੀਰ ਕੋਤਰਾ ਸਾਹਿਬ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਰੂਪਾ ਧਾਲੀਵਾਲ ਧੀਰਾ ਜਸ ਸੋਹਲ ਸਾਰੇ ਵੀਰਾਂ ਦਾ ਧੰਨਵਾਦ ਜੋਗੇ ਕੰਗ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਆਪ ਅੱਜ ਕੱਲ੍ਹ ਉਹਨਾਂ ਨੇ ਆਪਣੀ ਇਮਾਨਦਾਰੀ ਦੇ ਨਾਲ ਉਹ ਕਹਿੰਦੇ ਵੀ ਮੈਂ ਬਹੁਤ ਸੇਵਾ ਕਰ ਲਈ ਹੁਣ ਦੂਜਿਆਂ ਨੂੰ ਮੌਕਾ ਦਿੱਤਾ ਜਾਵੇ ਤੇ ਇਹੀ ਕਾਰਨ ਹੈ ਕਿ ਜਰਨੈਲ ਪੰਡ ਅੱਜ ਕੱਲ੍ਹ ਇਸ ਫੈਡਰੇਸ਼ਨ ਦੇ ਪ੍ਰਧਾਨ ਬਣੇ ਹੋਏ ਆ ਇਹ ਮੰਡ ਪਰਿਵਾਰ ਜਿੱਥੇ ਇਹਨਾਂ ਦਾ ਪਿੰਡ ਮੰਡ ਉੱਥੇ ਮੰਗੀ ਨੇ ਇੱਕ ਪਾਸੇ ਹਰਦਵਿੰਦਰਜੀਤ ਸਿੰਘ ਤੁੱਲਾ ਦੁਨੀਆ ਦਾ ਤੇਜ਼ ਤਰਾਰ ਉੱਧਰਲੇ ਪਾਸੇ ਉਹ ਕਹਿੰਦਾ ਵੀ ਮੇਰੇ ਲੱਪੜ ਨਾ ਮਾਰ ਗੋਲੀ ਚੱਲਦੀ ਰਹਿੰਦੀ ਤੇ ਲੋਕ ਪੈਣ ਪਟਾਕੇ ਦੇ ਮਾਰਿਆ ਧੱਕਾ ਪੁਆਇੰਟ ਮੰਗੀ ਦਾ ਪੁਆਇੰਟ ਇੰਟਰਨੈਸ਼ਨਲ ਸਪੋਰਟਸ ਕਲੱਬ ਦਾ ਸਾਡੇ ਰੈਫਰੀ ਸਾਹਿਬ ਜੱਜਮੈਂਟ ਕਰ ਰਹੇ ਆ ਸਾਬੀ ਚੰਡਿਆਲੀ ਇੰਟਰਨੈਸ਼ਨਲ ਕਮੈਂਟਰ ਸੋਰੀ ਇੰਟਰਨੈਸ਼ਨਲ ਰੈਫਰੀ ਅਮਰੀਕਾ ਕੈਨੇਡਾ ਦੇ ਵਿੱਚ ਸਾਰੇ ਮੇਲਿਆਂ ਦੇ ਉੱਤੇ ਜਾਂਦੇ ਆ ਤੇ ਉਹਨਾਂ ਦੀ ਬੜੀ ਤਕੜੀ ਜੱਜਮੈਂਟ ਹੈ ਇਧਰਲੇ ਪਾਸੇ ਕਲਜੀਤਾ ਮਸੀਹਾਂ ਵਾਲਾ ਕਹਿੰਦਾ ਵੀ ਸਿੱਧੇ ਹੋ ਜਾਓ ਮਿੱਠੂ ਹੋਣੀ ਬਿਲਕੁਲ ਪੂਰੇ ਤਿਆਰ ਪਟਿਆਰ ਹੈ ਸਾਈਡ ਦੇ ਉੱਤੇ ਹੈਰੋ ਨੂੰ ਕੀਤਾ ਹੋਇਆ ਮੈਂ ਅੱਜ ਪੂਰਾ ਗਰਮ ਹੈ ਮੈਨੂੰ ਲੱਗਦਾ ਵੀ ਗੱਲ ਵੱਖਰੀ ਹੋ ਜੂਗੀ ਹਲੇ ਕੁਛ ਨੀ ਪਤਾ ਵੀ ਕਿੱਧਰ ਨੂੰ ਜਾਣਾ ਕੱਪ ਦੋਨੇ ਟੀਮਾਂ ਬੜੀਆਂ ਕਰਮੀਆਂ ਨੇ ਇਧਰਲੇ ਪਾਸੇ ਲੈ ਵੀ ਰੱਖਿਆ ਕਲਜੀਤੇ ਦੀ ਧੌਣ ਦੇ ਉੱਤੇ ਹੱਥ ਇਸ ਨੌਜਵਾਨ ਨੇ ਇਹਨੂੰ ਆਹ ਕਬੱਡੀ ਦਾ ਇਹ ਸੀ ਚੰਨਾ ਚੰਨੇ ਨੇ ਬਹੁਤ ਸੋਹਣੀ ਟਰਾਈ ਕੀਤੀ ਸੀ ਪਰ ਗੱਲ ਬਣ ਨਹੀਂ ਸਕੀ ਇਧਰਲੇ ਪਾਸੇ ਫਿਰ ਇਸ ਨੌਜਵਾਨ ਦੀ ਪਾਈ ਹੋਈ ਰੇਡ ਇਹਨੂੰ ਮਨੀ ਕਹਿੰਦੇ ਆ ਇੱਕ ਭਾਈ ਮਨੀ ਸਿੰਘ ਹੋਇਆ ਸਿੱਖ ਕੌਮ ਦਾ ਮਹਾਂਬਲੀ ਯੋਧਾ ਹੀਰਾ ਜਿਹਦੇ ਪਰਿਵਾਰ ਦੇ 53 ਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿ ਕੇ ਭਾਈ ਬਚਿੱਤਰ ਸਿੰਘ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ ਸੀ ਆ ਜਿਹਨੇ ਕਹਿੰਦੇ ਵੀ ਹਾਥੀ ਦੇ ਨਾਲ ਜੰਗ ਲੜੀ ਆ ਪਰ ਇਧਰਲੇ ਪਾਸੇ ਤੁਸੀਂ ਸ਼ੇਰਾਂ ਦੀ ਜੰਗ ਦੇਖ ਰਹੇ ਹੋ ਆ ਬਹੁਤ ਹੀ ਸੋਹਣਾ ਪੁਆਇੰਟ ਲੈ ਕੇ ਲੈਂਡ ਸਪੋਰਟਸ ਕਲੱਬ ਵਾਸਤੇ ਆ ਪੂਰਾ ਮੈਚ ਗਰਮ ਹੈ ਇਧਰਲੇ ਪਾਸੇ ਕਹਿੰਦੇ ਵੀ ਜਿੱਤ ਪਾਸੀ ਜਿੱਥੇ ਬੀਸੀ ਤੋਂ ਆ ਕੇ ਜੇਜੇ ਤੌਰ ਤੇ ਇਸ ਮੇਲੇ ਨੂੰ ਕਵਰ ਕਰ ਰਿਹਾ ਨਾਲ ਦੀ ਨਾਲ ਕਹਿੰਦੇ ਵੀ ਕੈਲੀਫੋਰਨੀਆ ਵਾਲਾ ਨੌਜਵਾਨ ਜੋਨੀ ਹਾਂ ਕਹਿੰਦੇ ਵੀ ਨੌਜਵਾਨ ਵੱਧ ਕੇ ਰੇਟਾਂ ਪਾਉਂਦਾ ਹੱਥਾਂ ਚੋਂ ਨਿਕਲਦਾ ਜਾਵੇ ਮੁੰਡਾ ਤਿੱਖਾ ਦਾਤ ਵਰਗਾ ਰੱਖਿਆ ਤਾਂ ਹੁੰਦੇ ਇੱਥੇ ਇਹਨੂੰ ਅਮਨ ਕਹਿੰਦੇ ਆ ਉੱਖੜੇ ਖੁਸ਼ੀ ਚੀਕਾ ਮਾਹੌਲ ਇਹ ਮਾਂ ਖੇਡ ਕਬੱਡੀ ਦੇ ਮਹਾਂਬਲੀ ਯੋਧੇ ਆ ਸੁਪਰ ਸਟਾਰ ਆ ਵੀਰੋ ਇਧਰਲੇ ਪਾਸੇ ਗੁਰਪ੍ਰੀਤ ਸਿੰਘ ਦੀ ਫੇਰ ਇੱਕ ਵਾਰੀ ਰੇਡ ਦੇਖੋ ਕੀ ਰੰਗ ਲਿਆਉਂਦਾ ਕੀ ਕਰੂਗਾ ਕਿੱਧਰ ਨੂੰ ਜਾਊਗੀ ਗੱਲ ਦੂਜੇ ਪਾਸੇ ਚੜ ਜਾਣੇ ਪੂਰੇ ਕਾਇਮ ਹੈ ਮੈਨੂੰ ਲੱਗਦਾ ਵੱਖਰੀ ਗੱਲ ਕਰ ਦੂਗਾ ਗੁਰਪ੍ਰੀਤ ਸਿੰਘ ਲਾਇਆ ਖੁਸ਼ੀ ਨੂੰ ਹੱਥ ਦੜ ਪਏ ਹੋਏ ਨੂੰ ਕਹਿੰਦੇ ਵੀ ਆਹ ਨਹੀਂ ਰੀਸਾਂ ਤੇਰੀਆਂ ਸਿੱਟਿਆ ਤੱਕ ਪੂਰੇ ਹੁਣ ਲਾ ਕੇ ਦੜ ਪਏ ਵਾਲੇ ਖੁਸ਼ੀ ਨੂੰ ਪਰ ਦੂਜੇ ਪਾਸੇ ਦੁੱਲਾ ਹਾਂ ਇਹ ਦਿੱਲੇ ਨੇ ਕਹਿੰਦੇ ਵੀ ਬਹਿਜਾ ਬਹਿਜਾ ਕਰਾਈ ਆ ਦੇਖ ਲਓ ਅੱਜ ਤਿਆਰ ਸਿਰਜਿਆ ਜੱਸੀ ਸਰਾਏ ਹੋਣਾ ਨੇ ਕਹਿੰਦੇ ਵੀ ਚੜ੍ਹਦੀਆਂ ਜਵਾਨੀਆਂ ਤਗਦੇ ਮੁਖੜੇ ਆ ਚੌੜੀਆਂ ਛਾਤੀਆਂ ਫਰਕਦੇ ਟੋਲੇ ਲੰਮ ਸਲੰਮੇ ਗੱਭਰੂ ਗੁੰਡ ਨੇ ਸਰੀਰ ਖੁੱਲ੍ਹੇ ਸੁਭਾਅ ਗੈਰਤੀ ਹੱਸਦੇ ਚਿਹਰੇ ਉੱਡੂ ਉੱਡੂ ਕਰਦੇ ਨੌਜਵਾਨ ਦਰਸ਼ਨੀ ਦਿੱਕ ਭਲਵਾਨੀ ਜੁੱਸੇ ਚੁੱਕੀਆਂ ਭਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਇਹ ਹੈ ਸਾਡੀ ਮਾਂ ਖੇਡ ਕਬੱਡੀ ਦੇ ਸਤਾਰ
ਇਹ ਹੈ ਸਾਡੀ ਮਾਰਕੀਟ ਕਬੱਡੀ ਦੇ ਸਟਾਰ ਹਰਦਵਿੰਦਰਜੀਤ ਸਿੰਘ ਦੁੱਲਾ। ਇੱਕ ਵਾਰੀ ਫਿਰ ਰੇਡ ਪਾਉਣ ਦਾ ਮੌਕਾ ਮਿਲਿਆ ਇਸ ਨੌਜਵਾਨ ਨੂੰ। ਕਹਿੰਦੇ ਵੀ ਇਸ ਮੁੰਡੇ ਨੇ ਮਾਰਕੀਟ ਕਬੱਡੀ ਦੀ ਲੰਬੜਦਾਰੀ ਕੀਤੀ ਹੈ ਤੇ ਇਹਦੇ ਬਾਪੂ ਜੀ ਸਰਦਾਰ ਤੇਜਾ ਸਿੰਘ ਜਥੇਦਾਰ ਕਹਿੰਦੇ ਵੀ ਪਿੰਡ ਦੇ ਲੰਬੜਦਾਰ ਆ, ਪਰ ਇਧਰਲੇ ਪਾਸੇ ਮੀਕ ਨੇ ਧੱਕੇ ਮਾਰ ਕੇ ਆ ਦੁੱਲੇ ਨੂੰ ਇਸ ਤਰ੍ਹਾਂ ਬਾਹਰ ਕੱਢ ਦਿੱਤਾ ਜਿਵੇਂ ਖੰਡ ਪਾਠ ਵਾਲੇ ਘਰੋਂ ਸ਼ਰਾਬੀ ਕੱਢੀ ਦਾ। ਮੈਚ ਪੂਰਾ ਕਰਨਾ, ਇੱਕੋ ਜਿਹਾ ਸਟਾਰ ਹੈ। ਇਹ ਹਲਕੀਆਂ ਫੁਲਕੀਆਂ ਗੱਲਾਂ ਤੁਹਾਨੂੰ ਅਸੀਂ ਕਰਦੇ ਰਹਿੰਦੇ ਵੀ ਤਾਂ ਕਿ ਤੁਸੀਂ ਖੁਸ਼ ਹੋ ਜਾਓ। ਇੱਧਰਲੇ ਪਾਸੇ ਮਲਸੀਆਂ ਵਾਲਾ ਕਹਿੰਦੇ ਵੀ ਟੀ ਇੰਟਰਸੈਕਸ਼ਨ ਬਣ ਜਾਂਦਾ ਜਦੋਂ ਅਸੀਂ ਮੌਕੇ ਕਨੂੰ ਜਾਂਦੇ ਉੱਥੇ ਪਿੰਡ ਹੈ ਨੌਜਵਾਨ ਦਾ। ਬਿਲਕੁਲ ਦਰਿਆ ਦੇ ਟੱਪਣ ਸਾਰ ਹੀ ਕਹਿੰਦੇ ਨੇ ਵੀ ਕੰਮ ਵਾਲਾ ਪੱਤਨ ਟੱਪ ਕੇ ਅਸੀਂ ਸੋਚਣ ਲੱਗ ਜਾਂਦੇ ਮੰਗੀ ਹੋਣਾ ਦੇ ਪਿੰਡ ਆ ਗਏ ਤੇ ਜੀਤੇ ਹੋਣਾ ਦੇ ਪਿੰਡ ਆ ਗਏ। ਪਰ ਅੱਜ ਵੱਖਰੀ ਗੱਲ ਕਰ ਦੂਗਾ, ਨੌਜਵਾਨ ਪੈ ਗਿਆ ਟੁੱਟ ਕੇ, ਡੱਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਚੰਨਾ ਚੰਨਾ ਮੈਂ ਤੇਰਾ ਨਾਂ ਭੁੱਲ ਗਈ ਮੇਰੇ ਪੈਣ ਕਾਲਜੇ ਹੋਲ, ਚੰਨਾ ਮੈਂ ਤੇਰਾ ਨਾਂ ਭੁੱਲ ਗਈ ਮੇਰੇ ਪੈਣ ਕਾਲਜੇ ਹੋਲੇ ਆ ਚੰਨਾ। ਸਾਬੀ ਜੰਡਿਆਲੀ ਪੱਪੂ ਹੋਣੀ ਜੱਜਮੈਂਟ ਕਰਦੇ ਹੋਏ, ਨੀਟੂ ਹੋਣੀ ਜੱਜਮੈਂਟ ਕਰਦੇ ਹੋਏ, ਨੀਟੂ ਸਰਾਂ ਨੇ ਅੱਜ ਵੱਡੀ ਸੇਵਾ ਕੀਤੀ। ਇੱਧਰਲੇ ਪਾਸੇ ਜਿੰਦਰ ਪੁੱਤਰ ਪੂਰਾ ਪੱਪਾ ਭਾਰ ਹੈ, ਕੁਲਵੰਤ ਢੀਡਸਾ, ਜਸਪਾਲ ਸਿੰਘ ਮਾਨ ਸਾਡੇ ਸਨਰਾਈਜ਼ ਵਾਲੇ, ਨਾਲ ਬਾਈ ਕੁਲਦੀਪ ਸਿੰਘ ਜੀ ਸਰਾਂ। ਇੱਧਰਲੇ ਪਾਸੇ ਮਨੀ ਕਹਿੰਦੇ ਵੀ ਮੋਢੇ ਦੇ ਉੱਤੇ ਭਾਅ ਕਹਿੰਦੇ ਵੱਡਾ ਬੱਬਰ ਸ਼ੇਰ ਛਾਪਿਆ ਹੋਇਆ, ਤੇ ਦੂਜੇ ਪਾਸੇ ਇਹ ਦੁਨੀਆਂ ਦਾ ਤੇਜ਼ ਤਰਾਰ ਮੰਗੀ ਜਿਹਨੇ ਮੋਟਰਸਾਈਕਲਾਂ ਦੀ ਲਾਈਨ ਲਾਈ ਹੈ, ਜਿਵੇਂ ਪਾਰਕ ਲਾਟ ਦੇ ਵਿੱਚ ਮੋਟਰਸਾਈਕਲ ਪਾਰਕ ਕੀਤੇ ਹੁੰਦੇ ਸਟੋਰ ਵਾਲਿਆਂ ਨੇ ਵੇਚਣ ਵਾਲਿਆਂ ਨੇ। ਦਸ ਬਾਰਾਂ ਮੋਟਰਸਾਈਕਲ ਜਿੱਤੇ ਆ, ਤਿੰਨ ਚਾਰ ਕਾਰਾਂ ਜਿੱਤੀਆਂ, ਤੇ ਜਦੋਂ ਇਹ ਪਿੰਡ ਜਾਂਦਾ ਇਹਨੂੰ ਪਤਾ ਨੀ ਲੱਗਦਾ ਵੀ ਕਿਹੜਾ ਚਲਾਈਏ। ਇੰਨੇ ਮੋਟਰਸਾਈਕਲ ਆ, ਸਾਰਿਆਂ ਦੇ ਉੱਤੇ ਰਾਈਡ ਲੈਣੀ ਬੜੀ ਔਖੀ ਹੋਈ ਪਈ ਹੈ। ਇੱਧਰਲੇ ਪਾਸੇ ਆ ਡਬਲ ਟੱਚ, ਆ ਭਾਬੀ ਇਹ ਕੀ ਵਰਤਿਆ ਭਾੜਾ, ਮੈਨੂੰ ਪੈ ਗਿਆ ਸਾਰਾ ਲਾਣਾ। ਹਾਂ ਸਾਰੇ ਲਾਣੇ ਨੇ ਨੀ ਪੈਣਾ, ਇਕੱਲੇ ਨੂੰ ਇਕੱਲੇ ਨੇ ਪੈਣਾ, ਦੁੱਲੇ ਨੂੰ ਡਬਲ ਟੱਚ। ਇੱਧਰਲੇ ਪਾਸੇ ਜੈੱਟ ਬਾਸੀ ਬੀਸੀ ਤੋਂ ਚੱਲ ਕੇ ਆਇਆ ਨੌਜਵਾਨ, ਜਿੱਥੇ ਸਾਰੇ ਬੀਸੀ ਦੇ ਵਿੱਚ ਆਪਣੇ ਜਿਹੜੇ ਸਪੋਰਟਸ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਉਹਨਾਂ ਨੂੰ ਕਵਰ ਕਰਦਾ। ਤੇ ਇੱਧਰਲੇ ਪਾਸੇ ਸੋਢੀ ਨਾਗਰਾ ਸਾਹਿਬ ਕਹਿੰਦੇ ਪਿਛਲੇ ਮੇਲੇ ਦੀ ਜਿਹੜੀ ਤੁਸੀਂ DVD ਲੈ ਸਕਦੇ ਹੋ ਤੇ ਇਹਦੀ ਤੁਹਾਨੂੰ ਅਗਲੇ ਮੇਲੇ ਤੇ ਮਿਲ ਜੂਗੀ। ਤੁਸੀਂ 1991 ਤੋਂ ਲੈ ਕੇ ਮੈਟਰੋ ਵਾਲਿਆਂ ਦੇ ਪ੍ਰਬੰਧਾਂ ਬਾਰੇ ਜਾਣਦੇ ਹੋ ਤੇ ਨੈਕਸਟ ਵੀਕ ਆਸਤੇ ਗੁਰਪ੍ਰੀਤ ਸਿੰਘ ਪੁਆਇੰਟ ਲੈ ਕੇ ਆਪਣੇ ਪਾਲੇ ਵੱਲ ਵਧਿਆ ਹੋਇਆ। ਨੈਕਸਟ ਵੀਕ ਸੈਟਰਡੇ ਤੁਸੀਂ ਆਪਣਾ ਆਫ ਰੱਖਣਾ ਤੇ ਘਰੋਂ ਛੁੱਟੀ ਲੈਣੀ ਆ ਬਿਲਕੁਲ ਰਾਜ਼ੀਨਾਮੇ ਦੇ ਨਾਲ, ਤਾਂ ਕਿ ਤੁਸੀਂ ਐਨ ਸ਼ਾਂਤੀ ਨਾਲ ਬੈਠ ਕੇ ਮੇਲਾ ਵੇਖ ਸਕੋ। ਲੜਕੇ ਛੁੱਟੀ ਨਹੀਂ ਲੈਣੀ, ਆਹ ਘਰ ਵਾਲੀ ਨੂੰ ਖੁਸ਼ ਕਰਨ ਵਾਸਤੇ ਪੁੱਤ ਲੜਾਉਣੀ ਪੈਂਦੀ ਹੈ। ਇਸ ਮੁਲਕ ਦੇ ਵਿੱਚ ਜਿਹਨੇ ਘਰ ਵਾਲੀ ਖੁਸ਼ ਕਰ ਲਈ, ਸਮਝ ਲਓ ਪੈਟਰੋਲ ਵਾਲੀ ਜੀਪ ਸੂਤ ਕਰ ਲਈ। ਇੱਧਰਲੇ ਪਾਸੇ ਰੱਖਿਆ ਤੌਲੀਆ ਤੇ ਹੱਥ ਤੇ, ਇਹਨੂੰ ਹੈਲੋ ਕਹਿੰਦੇ ਆ, ਉਖੜਿਆ ਪੈਰ ਟੱਕਣੀ ਪੂਰੀ ਕੋਸ਼ਿਸ਼ ਕਰਦਾ ਹੋਇਆ ਦਰਸ਼ਨੀ ਪੱਟਾ ਲਾਉਂਦਾ ਹੋਇਆ ਆ ਲੈਂਸ ਵਾਲਿਆਂ ਦਾ ਗੱਭਰੂ ਜਿੰਦਾ ਪੁੱਤਰ ਪੂਰਾ ਖੁਸ਼ ਨਾਲ ਦੀ ਨਾਲ ਦੇਖ ਲਓ ਇਹ ਜਵਾਨੀ ਹੈ, ਸਰੀਰ ਸਾਂਭਿਆ ਹੋਇਆ, ਮਿਹਨਤ ਕੀਤੀ ਘੜਿਆ ਪਿਆ ਸਰੀਰ ਹੈ ਮੁੰਡੇ ਦਾ, ਜਿਵੇਂ ਸਿਆਣੇ ਮੈਸਤਰੀ ਨੇ ਪਲੰਘ ਦਾ ਪਾਵਾ ਲਿਆ ਹੁੰਦਾ। ਆਹ ਨੀਕਰੇ ਦੇ ਇੰਨੀ ਟੈਲਟ ਆ ਵੀ ਕਈ ਵਾਰੀ ਮੈਨੂੰ ਮੈਨੂੰ ਪੁੱਛਦੇ ਵੀ ਨੀਕਰੇ ਇਹਦੇ ਪਾ ਕੇ ਉੱਤੇ ਸਿਉਂਤੀ ਕਿ ਊਂ ਪਾਈ ਇਹ। ਇਹ ਪਤਾ ਪੱਟ ਹੈ, ਥੱਪੇ ਥੱਪੇ ਦੇ ਸਾਂਭਿਆ ਹੋਇਆ ਸਰੀਰ ਹੈ। ਇਹਦੇ ਪਾਸੇ ਮਨੀ ਲਾਉਂਦਾ ਹੋਇਆ ਹੱਥ ਗੋਪੀ ਨੂੰ ਖੜ ਕੇ ਅਮੂਰੇ, ਇੱਕ ਪਾਸੇ ਪਹਾੜ ਲੈਗਾ ਗੱਭਰੂ, ਇੱਕ ਪਾਸੇ ਜ਼ੋਰ, ਇੱਕ ਪਾਸੇ ਤਕਨੀਕ, ਹੱਸਦਾ ਟੱਪਦਾ ਨੌਜਵਾਨ, ਚਿੱਟੇ ਦੰਦ ਹੱਸਣ ਨੂੰ ਰਹਿੰਦੇ, ਲੋਕੀ ਭੈੜੇ ਸ਼ੱਕ ਕਰਦੇ। ਹਾਂ ਇਹ ਦੰਦ ਸਾਂਭ ਕੇ ਰੱਖਣਾ ਵੀ ਭਗਤੀ ਹੈ, ਨਹੀਂ ਤਾਂ ਲੋਕਾਂ ਨੇ ਲਾ ਲਾ ਕੇ ਜਿੱਤੇ ਦੰਦ ਹੀ ਮਿੱਠੀਆਂ ਪਕੌੜੀਆਂ ਅੱਗੇ ਕਰ ਲਏ ਆ। ਦੁੱਲਾ ਉਹਦੇ ਪਾਸੇ ਸਾਡੀਆਂ ਭੈਣਾਂ ਖੜ ਕੇ ਦੇਖ ਰਹੀਆਂ ਦਰਸ਼ਕਾਂ ਦੇ ਰੂਪ ਦੇ ਵਿੱਚ, ਬੈਂਤੀਆਂ ਤੋਂ ਘਰ ਨਹੀਂ ਸੁਣਦੇ, ਖੱਬੀ ਖਾਨਾ ਦੇ ਖੋਰੇ ਕੋ ਲੋਕੀ ਪਿੱਛੇ ਪੈ ਗਏ, ਨੰਨੀਆਂ ਜਾਨਾਂ ਦੇ ਧੀਆਂ ਭੈਣਾਂ ਦੇ ਨਾਲ ਜੁੜੀਆਂ ਕੜੀਆਂ ਸਾਰੇ ਜਗਦੀਆਂ, ਕੁੜੀਆਂ ਚਿੜੀਆਂ ਘਰੇ ਫਿਰਦੀਆਂ ਸੋਹਣੀਆਂ ਲੱਗਦੀਆਂ। ਅੱਜ ਵਰਗਾ ਜੇ ਵੇਲਾ ਹੁੰਦਾ ਜੰਮਦੀ ਨਾ ਮਾਈ ਭਾਗੋ, ਲੰਮੀਆਂ ਤਾਣ ਕੇ ਸੁੱਤੇ ਲੋਕੋ, ਇੱਕ ਵਾਰੀ ਹੁਣ ਜਾਗੋ, ਸੋ ਕਿਉਂ ਮੰਦਾ ਆਖੀਆ ਸੁਣੀ ਇਹ ਸਭ ਨੇ ਸਾਖੀ, ਆਓ ਰਲ ਮਿਲ ਸਾਰੇ ਕਰੀਏ ਹੁਣ ਧੀਆਂ ਦੀ ਰਾਖੀ। ਲਓ ਇੱਧਰਲੇ ਪਾਸੇ ਹਰਦਵਿੰਦਰਜੀਤ ਸਿੰਘ ਦੁੱਲਾ ਤੇ ਇਹਦੇ ਕਹਿੰਦੇ ਵੀ ਬਾਪੂ ਜੀ ਹੋਣਾ ਨੇ ਲੰਮੀ ਸੇਵਾ ਕੀਤੀ ਪਿੰਡ ਦੀ ਲੰਬੜਦਾਰੀ ਦੇ ਵਿੱਚ, ਪਰ ਇਸ ਨੌਜਵਾਨ ਨੇ ਕਬੱਡੀ ਦੇ ਵਿੱਚ ਕਹਿੰਦੇ ਵੀ ਇੱਕ ਸਮਾਂ ਸੀ 1996 ਦੇ ਵਿੱਚ ਵੱਡੇ ਇੱਥੇ ਕੱਪ ਹੋਏ ਆ, ਇੱਕ ਪਾਸੇ ਫਿੱਟੂ ਸੀ ਲੱਖਾ ਸੀ, ਦੂਜੇ ਪਾਸੇ ਮਾਣੇ ਹੋਣੀ ਸੀ ਲੱਲੀਆਂ ਵਾਲੇ, ਮਾਣੇ ਨੇ ਜੱਫੇ ਲਾ ਕੇ ਇੱਕ ਵੱਖਰਾ ਇਤਿਹਾਸ ਸਿਰਜਿਆ। ਹਰਜੀਤ ਬਰਾੜ ਨੂੰ ਕਹਿੰਦੇ ਵੀ ਬਹੁਤ ਮਹਿੰਗਾ ਜੱਫਾ, ਜਿਹੜਾ ਸਭ ਤੋਂ ਮਹਿੰਗਾ ਜੱਫਾ BC ਦਾ ਚੱਕਰ ਹੈ ਉਹ ਮਾਣੇ ਲੱਲੀਆਂ ਵਾਲੇ ਲਾਇਆ, ਲੱਲੀਆਂ ਵਾਲੇ ਸੰਦੀਪ ਨੇ, ਤੇ ਇਹਨਾਂ ਨੇ ਲੱਲੀਆਂ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਰੋਸ਼ਨ ਕਰ ਦਿੱਤਾ। ਪਰ ਇੱਧਰ ਵਾਰੀ ਆ ਮਿੱਠੂ ਦੀ, ਇੱਧਰ ਵਾਰੀ ਆ ਦੁੱਲੇ ਦੀ, ਹੁਣ ਦੁੱਲਾ ਨਾਂ ਰੋਸ਼ਨ ਕਰੂਗਾ ਕਿ ਮਿੱਠੂ ਕਰੂਗਾ। ਸਾਨਾ ਦਾ ਭੇੜ ਜੋਰ ਵੀ ਸ਼ਰਮ, ਮੈਚ ਪੂਰਾ ਗਰਮ, ਪਰ ਭੰਗੜੇ ਪਾਉਂਦਾ ਨੱਚਦਾ ਟੱਪਦਾ ਦੁੱਲਾ, ਇੰਟਰਨੈਸ਼ਨਲ ਵਾਸਤੇ ਪੁਆਇੰਟ ਲੈ ਕੇ ਆਪਣੇ ਪਾਲੇ ਵੱਲ ਵਧਦਾ ਹੋਇਆ। ਬਾਪੂ ਜਸਵੰਤ ਸਿੰਘ ਧੁੱਖਾ ਪੂਰਾ ਖੁਸ਼ ਹੈ, ਇਹਦੇ ਪਾਸੇ ਕਰਨ ਕਮਾਣ ਪੂਰਾ ਖੁਸ਼ ਹੈ, ਜਸ ਸੋਲ ਪੂਰਾ ਖੁਸ਼ ਹੈ ਕਿ ਸਾਡੀ ਟੀਮ ਦੇ ਪਲੇਅਰ ਭੰਗੜੇ ਪਾ ਰਹੇ ਆ, ਨੱਚ ਰਹੇ ਆ। ਹਾਂ ਕੋਈ ਗੱਲ ਨੀ, ਤੁਸੀਂ ਕੱਪ ਜਿੱਤ ਲਓ,
ਤੁਹਾਨੂੰ ਕਹਿੰਦੇ ਵੀ ਰੋਟੀ ਅੱਜ ਅਸੀਂ ਮੈਂਡਰਨ ਚ ਖਾਣੀ ਹੈ। ਹਾਂ ਕੋਈ ਗੱਲ ਨੀ, ਇਹ ਭਲਵਾਨਾਂ ਦੀ ਸੇਵਾ ਕਰਨੀ ਪੈਂਦੀ ਵੀਰੋ, ਭਗਤੀ ਹੈ, ਘਰ ਖਾਣਾ ਪੈਂਦਾ, ਸੱਤ ਦਿਨ ਇਹਨਾਂ ਨੂੰ ਸਾਂਭਣਾ ਪੈਂਦਾ, ਜਿਵੇਂ ਸਿਆਣੇ ਜ਼ਿਮੀਦਾਰ ਫੋੜ ਸਾਂਭ ਕੇ ਰੱਖਦਾ, ਫਿਰ ਜਾ ਕੇ ਵੀਕਐਂਡ ਤੇ ਕਬੱਡੀ ਖੇਡਣ ਵਾਲੇ ਬਣਦੇ ਆ, ਪੂਰੀ ਇਹਨਾਂ ਦੀ ਖੁਰਾਕ ਹੈ, ਭਲਵਾਨੀ ਜਿੱਸੇ ਹੈ। ਇਹ ਭਲਵਾਨ ਨੂੰ ਕਹਿੰਦੇ ਵੀ ਸਾਂਭ ਕੇ ਰੱਖਣਾ ਪੈਂਦਾ ਪੂਰਾ, ਹਾਂ ਜਿਵੇਂ ਕੈਨੇਡੀਅਨ ਪਾਸਪੋਰਟ ਸਾਂਭ ਕੇ ਰੱਖਦਾ ਇੰਡੀਆ ਨੂੰ ਜਾਣ ਲੱਗਾ, ਬੰਦੇ ਬੰਦੇ ਕਹਿੰਦੇ ਵੀ ਹੈਗਾ ਕਿ ਦਿੱਲੀ ਵਾਲਾ ਤੋਂ ਨਹੀਂ ਲਿਆ। ਹਾਂ ਇਧਰਲੇ ਪਾਸੇ ਦੇਖ ਲਓ ਪੂਰਾ ਦਰਸ਼ਨੀ ਮੈਚ ਕਰਦਾ ਭੇਤੀ ਲੰਕਾ, ਭਾਵੇਂ ਦੋਨੇ ਕੈਲੀਫੋਰਨੀਆ ਦੇ ਵਸਨੀਕ, ਇੱਕ ਪਾਸੇ ਹੈਰੋ ਹੈ, ਦੂਜੇ ਪਾਸੇ ਕਹਿੰਦੇ ਵੀ ਤਕੜਾ ਕਪੂਰ ਜੋਨੀ, ਜੋਨੀ ਦੇ ਹੈਰੋ, ਦੋਨੇ ਕੈਲੀਫੋਰਨੀਆ ਦੇ ਵਸਨੀਕ ਨਹੀਂ ਲੈਂਦੇ ਨਹੀਂ ਜੋਨੀ ਦਾ ਉਂਗਲ ਖੜੀ ਹੈ ਤੇਰੀ। ਹਾਂ ਬੜੀ ਮਿਲ ਲਓ ਹਲਕੀ ਜੀ ਜੱਫੀ ਪਾ ਕੇ ਜਿਵੇਂ ਰੇਲਵੇ ਸਟੇਸ਼ਨ ਤੇ ਕੁੜਮਣੀਆਂ ਮਿਲਦੀਆਂ ਹੁੰਦੀਆਂ। ਹਾਂ ਲੈ ਲਈ ਮੈਚ ਦਰਸ਼ਨੀ ਹੈ। ਇਧਰਲੇ ਪਾਸੇ ਲਾਇਨਸ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ, ਜਿਹਨਾਂ ਨੇ ਆਪਣੀ ਟੀਮ ਬੜੀ ਮਹਿੰਗੀ ਟੀਮ ਬਣਾਈ ਹੋਈ। ਇਧਰਲੇ ਪਾਸੇ ਦੁੱਲੇ ਨੂੰ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਇਸ ਨੌਜਵਾਨ ਨੂੰ, ਪੇਂਡੂ ਪੇਂਡੂ ਕਰਦਾ ਭੇਤੀ ਲੰਕਾ ਢਾਵੇ। ਲਓ ਇਧਰਲੇ ਪਾਸੇ ਦੁੱਲਾ, ਹਾਂ ਨੈਕੀ ਜੀ ਕਹਿੰਦੇ ਵੀ ਨਿਸ਼ਾਨ ਦੂਰੋਂ ਚੌਂਕਦਾ ਜਹਾਜ਼ਾਂ ਵਾਲੇ ਦੇਖਦੇ ਹੋਣੇ ਵੀ ਆਹ ਨੈਕੀ ਵਾਲਾ ਨੌਜਵਾਨ ਕੌਣ ਹੈ। ਉਹ ਕਹਿੰਦੇ ਦੁੱਲਾ, ਛੋਟੀ ਉਮਰ ਹੈ 21-22 ਸਾਲ ਦੀ, ਪਰ ਵੱਡੇ ਮਾਰ ਕੇ ਵਰਲਡ ਕੱਪ ਦੇ ਵਿੱਚ ਵੀ ਇਸ ਨੌਜਵਾਨ ਨੇ ਪਹਿਜਾ ਪਹਿਜਾ ਕਰਵਾਈ ਸੀ। ਇਹਨੂੰ ਲੋਕ ਡੱਕਦੇ ਸੀ ਤੂੰ ਰੇਟਾਂ ਨਾ ਪਾਏ, ਕਹਿੰਦਾ ਮੈਨੂੰ ਇੱਕ ਜੱਫਾ ਨਹੀਂ, ਮੈਂ ਪਾਕਿਸਤਾਨ ਵਾਲੀ ਟੀਮ ਦੇ ਉੱਤੇ ਰੇਟਾਂ ਪਾਉਣੀਆਂ ਪਾਉਣੀਆਂ। ਇਸ ਨੌਜਵਾਨ ਨੇ ਵੱਡਾ ਕੱਪ ਜਿਤਾਇਆ ਪਾਕਿਸਤਾਨ ਵਾਲੀ ਟੀਮ ਦੇ ਉੱਤੇ, ਬੜਾ ਪਾਕਿਸਤਾਨ ਵਾਲਿਆਂ ਨੇ ਝੋਟੀ ਟੀਮ ਲਿਆਂਦੀ ਸੀ, ਪਰ ਇਸ ਮੁੰਡੇ ਨੇ ਵਾਹ ਨਹੀਂ ਜਾਣ ਦਿੱਤੀ, ਦੂਜੇ ਬਾਲ ਟੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ, ਇਹ ਅਮਨ ਪੂਰਾ ਜ਼ੋਰ ਲਾਉਂਦਾ ਹੋਇਆ ਥੱਲੇ ਨੂੰ ਟੱਕਣ ਵਾਸਤੇ ਲੱਗਿਆ ਹੋਇਆ ਜ਼ੋਰ ਲੈਨ ਸਪੋਰਟਸ ਕਲੱਬ ਵਾਲਿਆਂ ਦੇ ਵੀਰ। ਜਿੰਦਰ ਪੁੱਤਰ ਕੁਲਵੰਤ ਢੀਂਡ ਸਾਹਿਬ, ਕੁਲਦੀਪ ਸਰਾਜ, ਜਸਪਾਲ ਮਾਨ, ਇਹ ਸਾਰੇ ਵੀਰ ਲੈਂਸ ਵਾਲੇ, ਸਤਰਾਮ ਸਰਾਏ, ਬਿੰਦੀ ਸਰਾਏ ਸਾਡੇ ਵੀਰ ਜਿਹੜੇ ਬਿੰਦੀ ਸਰਾਏ ਹੋਣੀ, ਇਹਨਾਂ ਦਾ ਵੱਡਾ ਰੋਲ ਹੈ। ਦੋਨੇ ਭਰਾ ਜਿੱਥੇ ਵੱਡੀ ਕੰਪਨੀ ਸਰਾਏ ਟਰੈਕਿੰਗ ਰਨ ਕਰਦੇ ਆ, ਉੱਥੇ ਬਿੰਦੀ ਸਰਾਏ ਸਤਨਾਮ ਸਰਾਏ ਹੋਣਾ ਦਾ ਲੈਂਸ ਸਪੋਰਟਸ ਕਲੱਬ ਨੂੰ ਬਣਾਉਣ ਵਾਸਤੇ ਬਹੁਤ ਵੱਡਾ ਰੋਲ ਹੈ। ਇਧਰਲੇ ਪਾਸੇ ਗੁਰਪ੍ਰੀਤ ਨੂੰ ਆ ਕਹਿੰਦੇ ਵੀ ਪੂਰੇ ਰਜਮੇ ਰੁਪਈਏ ਦੇ ਕੇ ਇਹਨਾਂ ਨੇ ਆਪਦੇ ਨਾਲ ਜੋੜਿਆ, ਕਹਿੰਦੇ ਵੀ ਗੁਰਪ੍ਰੀਤ ਤੇਰੀ ਲੋਹਾ ਸਾਡੀ ਟੀਮ ਨੂੰ। ਇਧਰਲੇ ਪਾਸੇ ਆ ਖੁਸ਼ੀ ਨੇ ਫੜਿਆ ਹੋਇਆ ਗੁੱਟ, ਪਰ ਗੁਰਪ੍ਰੀਤ ਬਿਲਕੁਲ ਪਿੰਡੇ ਨੂੰ ਹੱਥ ਨਹੀਂ ਲਾਉਣ ਦਿੰਦਾ। ਦੂਜੇ ਪਾਸੇ ਕੁਲਜੀਤ ਮਸੀਹਾਂ ਵਾਲਾ, ਹਾਂ ਲਾਈਨ ਵਾਲਿਆਂ ਦੇ ਸਤਨਾਮ ਸਿੰਘ ਜੀ, ਸਹਿਲ ਸਾਹਿਬ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਨਜੀਤ ਸਿੰਘ ਜੀ ਪੈਂਸ, ਰਾਜ ਵਿਰਕ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਲਓ ਵੀ ਇਧਰਲੇ ਪਾਸੇ ਫਿਰ ਪੂਰਾ ਦਰਸ਼ਨੀ ਨੌਜਵਾਨ, ਇੱਕ ਪਾਸੇ ਸਾਡਾ ਵੀਰ ਇਕਬਾਲ ਸਿੰਘ ਜੀ ਗਿੱਲ ਗਲਪ ਵਾਲੇ, ਬੜੇ ਪੁਲਾਣੇ ਵੱਡੇ ਆ, ਉਹ ਵੀ ਇੱਜੇ ਤੌਰ ਤੇ ਪੀਸੀ ਤੋਂ ਆਏ ਹੋਏ ਆ। ਇਧਰਲੇ ਪਾਸੇ ਅਮਨ, ਫਿਰ ਜੱਫਾ ਲਾਉਣਾ ਹੋਇਆ ਕੁਲਜੀਤੇ ਨੂੰ, ਪਾਤੀ ਵਿਰਤਾ ਵਿੱਚ ਆਉਂਦਾ ਸਕਿਆ ਭਰਾਵਾਂ ਦਾ, ਵਿਰਤਾ ਪਾਤੀ ਸੀ ਪਰ ਕੁਲਜੀਤਾ 2 ਸਾਲ ਤੋਂ ਬਾਅਦ ਦਮ ਲੈ ਕੇ ਦੁਆਰੇ ਸਰੀਰ ਨੂੰ ਫਿੱਟ ਕਰਕੇ ਫਿਰ ਮਾਂਖੇੜ ਕਬੱਡੀ ਦਾ ਸਟਾਰ ਬਣ ਗਿਆ। 2 ਸਾਲ ਦੀ ਬ੍ਰੇਕ ਇਸ ਨੌਜਵਾਨ ਨੇ ਲੈ ਰੱਖੀ, ਪਰ ਅੱਜ ਇਹ ਵੱਡੇ ਸਟਾਰਾਂ ਦੇ ਵਿੱਚ ਇਹਦਾ ਦੁਆਰੇ ਨਾ ਆ ਗਿਆ। ਪਹਿਲਾਂ ਵੀ ਵੱਡੇ ਵੱਡੇ ਟਰੈਕਟਰ ਇਸ ਨੌਜਵਾਨ ਨੇ ਵੱਡੇ ਵੱਡੇ ਮੋਟਰਸਾਈਕਲ ਜਿੱਤ ਕੇ ਅੰਦਰ ਖੜਾਏ ਹੋਇਆ, ਪਰ ਦੂਸਰੇ ਪਾਸੇ ਰੇਡ ਇਸ ਨੌਜਵਾਨ ਦੀ ਮਨੀ, ਹਾਂ ਮਨੀ ਵੱਧ ਚੜ ਕੇ ਰੇਟਾਂ ਪਾਉਂਦਾ ਹੋਇਆ ਮੀਕ ਜਮਾ ਕੰਨੀ ਦੇ ਉੱਤੇ, ਦੂਜੇ ਪਾਸੇ ਕਹਿੰਦੇ ਵੀ ਹੱਥ ਲਾਇਆ ਭੱਜ ਕੇ, ਆ ਕਹਿੰਦੇ ਵੀ ਖੁਸ਼ਦੀਪ ਸਿੰਘ ਗਿੱਲ, ਇਹਨੂੰ ਖੁਸ਼ੀ ਬਿਰਬਾ ਕਹਿੰਦੇ, ਕਰਨ ਕੁਮਾਰ ਪੂਰਾ ਖੁਸ਼ ਹੈ ਕਿ ਸਾਡੇ ਇਲਾਕੇ ਦਾ ਨੌਜਵਾਨ ਬਹਿਜਾ ਬਹਿਜਾ ਕਰਾਉਂਦਾ, ਉਖੜੇ ਪੈਰ, ਹਲੇ ਜੱਫਾ ਲੱਗਿਆ ਨੀ, ਪੂਰੀ ਜਦੋ ਜਦ ਚੱਲਦੀ ਹੋਈ ਸਾਨਾਂ ਦੇ ਭੇੜ, ਥੋੜ ਬਸ਼ਰਮ ਮੈਚ ਪੂਰਾ ਕਰਨਾ ਬਣਾ ਲਿਆ। ਹਾਂ ਹੌਲੀ ਕਿਤੇ ਕੰਨ ਦੇ ਵਿੱਚ ਕਹਿੰਦਾ ਵੀ ਐਵਰੀ ਡੇ ਨੋਟ ਸੰਡੇ ਮਾਈ ਡੀਅਰ। ਹਾਂ ਲੈਂਸ ਵਾਲਿਆਂ ਦੇ ਅਸੀਂ ਸਾਰੇ ਵੀਰਾਂ ਦੇ, ਜਿੰਦਰ ਬੁੱਟਰ, ਕੁਲਵੰਤ ਢੀਂਡਸਾ, ਬਿੰਦ ਸਰਾਏ ਤੇ ਸਤਨਾਮ ਸਰਾਏ, ਅਸੀਂ ਸਾਰੇ ਵੀਰਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਵੱਡੀ ਟੀਮ ਹੈ ਇਹ, ਵੱਡੀ ਇਹਨਾਂ ਨੇ ਕਹਿੰਦੇ ਵੀ ਬਹੁਤ ਤਕੜੀ, ਇਕੱਲੇ ਇਕੱਲੇ ਮਿੱਠੂ ਵਰਗੇ। ਇਧਰਲੇ ਪਾਸੇ ਮਿੱਠੂ, ਦੂਜੇ ਪਾਸੇ ਜੋਨੀ, ਮੁੜਕੋ ਮੁੜਕੀ ਹੋਇਆ ਫਿਰਦਾ ਮਿੱਠੂ, ਜਿਵੇਂ ਭਾਦੋਂ ਦੇ ਮਹੀਨੇ ਝੋਨਾ ਗੁੜਦੇ ਨੇ, ਦੂਰੋਂ ਢੂਹੀ ਚੌਂਕਦੀ ਜਿਵੇਂ ਭੇਡਾਂ ਦੀ ਪਤੀਲੀ ਚੌਂਕਦੀ ਹੁੰਦੀ ਹੈ, ਐਨ ਸਾਂਭਿਆ ਹੋਇਆ ਸਰੀਰ ਮਿੱਠੂ, ਮੁੜਕੋ ਮੁੜਕੀ ਖੁਰਾਕਾਂ ਖਾਧੀਆਂ, ਪਤਾ ਲੱਗਦਾ ਵੀ ਸਰੀਰ ਦੇ ਉੱਤੇ ਮਿਹਨਤ ਹੋਈ ਹੈ, ਜਿਮ ਕੀਤੀ ਹੋਈ ਹੈ, ਘਰ ਖਾਧਾ ਹੋਇਆ, ਬੂਰੀਆਂ ਚੁੰਗੀਆਂ ਹੋਈਆਂ। ਕਹਿੰਦੇ ਵੀ ਇਧਰਲੇ ਪਾਸੇ ਸਾਡੀਆਂ ਬੇਬੇ ਖੜ ਕੇ ਦੇਖ ਰਹੀਆਂ, ਪੂਰਾ ਮੈਚ ਗਰਮ ਹੋਇਆ ਵਾ। ਜਿੰਦਰ ਪੁੱਟਰ ਉਹਨਾਂ ਦਾ ਬੜਾ ਧੰਨਵਾਦ ਹੈ। ਵੱਡੀ ਟੀਮ ਇਧਰਲੇ ਪਾਸੇ ਸਾਡੇ ਮਲੇਨੀਮਟਾ ਰਾਜ ਵਿਰਕੋਣੀ, ਪੂਰੇ ਪੱਬਾਂ ਭਾਰ, ਕਹਿੰਦੇ ਵੀ ਸਾਡਾ ਗੁਰਪ੍ਰੀਤ ਹੱਥਾਂ ਚੋਂ ਨਿਕਲਦਾ ਜਾਂਦਾ, ਪਰ ਦੂਜੇ ਪਾਸੇ ਕਹਿੰਦੇ ਮਲੇਨੀਮਟਾ ਸੈਂਟਰ ਵਾਲੇ ਕਰਮ ਕਮਾਨ ਹੋਣੀ ਕਹਿੰਦੇ ਆ ਵੀ ਸਾਡਾ ਪੰਡਿਤ ਸਿੰਘ ਮੰਗੀ ਵੀ ਕਿਸੇ ਗੱਲੋਂ ਘੱਟ ਨਹੀਂ। ਮਨਜੀਤ ਬੈਂਸ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ, ਲੈਂਡ ਸਪੋਰਟਸ ਕਲੱਬ ਨਾਲ ਜੁੜੇ ਹੋਏ ਆ।
ਸੋਢੀ ਨਿਰਵੈਰ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਸ ਕਲੱਬ ਦੇ ਨਾਲ। ਜਦੋਂ ਦੀ ਇਹ ਲੈਂਸ ਸਪੋਰਟਸ ਕਲੱਬ ਮਾਰਕੀਟ 'ਚ ਆਈ ਹੈ ਉਦੋਂ ਦਾ ਸੋਢੀ ਨਿਰਵਾਲ ਜੀ ਦੇ ਨਾਲ ਨੇ। ਇਧਰਲੇ ਪਾਸੇ ਸੋਢੀ ਨਾਗਰਾ ਸਾਹਿਬ ਹੈ, ਉਹ ਕਹਿੰਦੇ ਵੀ ਨੈਕਸਟ ਵੀਕ ਤੁਸੀਂ ਲੈ ਸਕੋਗੇ ਜਿਹੜੀ DVD ਅੱਜ ਦੇ ਇਸ ਇਤਿਹਾਸਕ ਮੇਲੇ ਦੀ। ਆਪਣੇ ਮਿੱਤਰਾਂ ਨੂੰ ਗਿਫਟ ਭੇਜੋ, ਇੰਡੀਆ ਦੇ ਵਿੱਚ ਕਿਸੇ ਨੂੰ ਸ਼ੂ ਨਾ ਭੇਜੋ, ਸ਼ੂ ਉੱਥੇ ਬਥੇਰੇ ਮਿਲੀ ਜਾਂਦੇ ਆ। ਆਹ DVD ਭੇਜੋ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਕੈਨੇਡਾ ਦੇ ਵਿੱਚ ਕਿਹੋ ਜਿਹੇ ਕੱਪ ਹੋ ਰਹੇ ਆ। ਸਾਰਿਆਂ ਕੋਲ ਉੱਥੇ ਵੇਖਣ ਦਾ ਸਮਾਂ ਨਹੀਂ ਹੁੰਦਾ, ਸਾਰਿਆਂ ਕੋਲ ਨੈੱਟ ਨਹੀਂ ਹੁੰਦਾ। ਹਰਦਵਿੰਦਰਜੀਤ ਸਿੰਘ ਬੁੱਲਾ ਕੀਪਲੋ ਸਾਵਲੀ ਦਾ ਉਹਦਾ ਹੁੰਦਾ ਚੱਕਮਾ ਚੁੱਲ੍ਹਾ, ਪਤਾ ਨਹੀਂ ਪੈਸੇ ਲੈ ਕੇ ਕਿਹਨੂੰ ਵੋਟ ਪਾ ਦੇਣੀ, ਅਮਲੀ ਦਾ ਕੋਈ ਭਰੋਸਾ ਨਹੀਂ ਹੁੰਦਾ। ਕੀਪਲੋ ਸਾਵਲੀ ਦਾ ਤਾਂ ਹੁੰਦਾ ਚੱਕਮਾ ਚੁੱਲ੍ਹਾ। ਉਹ ਦੇਖੋ ਜੀ ਨੀਵਾਂ ਹੋਇਆ ਫਿਰਦਾ ਪੂਰਾ, ਕਹਿੰਦੇ ਵੀ ਸੁਰਖਪੁਰੀਆ ਦੁੱਲਾ। ਹਾਂ ਬਿਲਕੁਲ, ਬਹੁਤ ਹੀ ਟੈਕਨੀਕਲ ਪੁਆਇੰਟ ਲੈਣ ਦੀ ਕੋਸ਼ਿਸ਼ ਕਰੂੰਗਾ। ਮੀਕ ਭੱਜ ਕੇ ਆ ਗਿਆ ਮੂਹਰੇ, ਮੈਨੂੰ ਲੱਗਦਾ ਟੱਕਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਉਹ ਕਹਿੰਦਾ ਤੂੰ ਮੇਰੇ ਮਾਰਨਾ, ਉਹ ਕਹਿੰਦਾ ਵੀ ਮੇਰੇ ਕੰਨ ਤੇ ਨੀ ਤੂੰ ਮਾਰਨੀ ਹਲੇ, ਜਿਹੜੀ ਫੋਟੋ ਮੈਂ ਗ੍ਰੀਨ ਕਾਰਡ ਤੇ ਲਾਉਣੀ ਪਹਿਲਾਂ ਇਹਨਾਂ ਮੇਰਾ ਕੰਨ ਚੀਟਰ ਤੇ ਮਰਗਾੜ ਵਰਗਾ ਕਰਦੀ। ਹਾਂ ਕੋਈ ਗੱਲ ਨੀ, ਹਾਂ ਵੱਡੇ ਪਲੇਅਰ ਆ, ਕਦੇ ਕਦੇ ਹੋ ਜਾਂਦੀ ਇਸ ਤਰ੍ਹਾਂ ਗੱਲ, ਟੈਕਨੀਕਲ ਮਿਸਟੇਕਾਂ ਹੋ ਜਾਇਆ ਕਰੇ, ਕੋਈ ਗੱਲ ਨੀ, ਰੈਫਰੀ ਸਮਝਾਉਣਗੇ। ਉਹ ਸਾਡੇ ਕਹਿੰਦੇ ਹੁੰਦੇ ਵੀ ਸਿਆਣਾ ਰੈਫਰੀ ਪਲੇਅਰ ਨੂੰ ਘੂਰ ਦਿੰਦਾ, ਤੇ ਜੇ ਕੋਈ ਕਮੈਂਟਰੀ ਵਾਲੇ ਤੋਂ ਗੱਲ ਅੱਗੇ ਪਿੱਛੇ ਹੋ ਜਾਏ ਤਾਂ ਹੌਲੀ ਹੌਲੀ ਸਮਾਂ ਪਾ ਕੇ ਪੂਰ ਦਿੰਦਾ। ਲਓ ਇਧਰਲੇ ਪਾਸੇ ਦੁੱਲਾ, ਇਸ ਨੌਜਵਾਨ ਨੇ ਵੱਡਾ ਨਾਂ ਬਣਾਇਆ ਹੋਇਆ ਛੋਟੀ ਉਮਰ ਦੇ ਵਿੱਚ, ਹੱਥ ਲਾ ਕੇ ਡਬਲ ਟੱਚ ਦੀ ਕੀਤੀ ਅਪੀਲ। ਸਾਡੇ ਪੱਪੂ ਦੀ ਜੱਜਮੈਂਟ ਤੇ ਪੁਆਇੰਟ ਹੈ ਇਸ ਨੌਜਵਾਨ ਦੁੱਲੇ ਦਾ, ਪੁਆਇੰਟ ਹੈ ਇੰਟਰਨੈਸ਼ਨਲ ਸਪੋਰਟਸ ਕਲੱਬ ਵਾਲਿਆਂ ਦਾ। ਦਰਸ਼ਨੀ ਮੈਚ ਹੈ ਲਵੀ, ਜਿਹੜੀ ਜਿੱਤ ਹਾਰ ਬਿਲਕੁਲ। ਹਾਂ ਇਧਰਲੇ ਪਾਸੇ ਸਾਡੇ ਵੀਰ ਕੁਲਦੀਪ ਸਿੰਘ ਜੀ ਸਰਾਂ ਸਨਰਾਈਜ਼ ਵਾਲੇ, ਜਸਪਾਲ ਮਾਨ ਜੀ ਨੀਡਾ ਸਰਾਏ ਜੀ, ਸਾਰੀ ਜਿਹੜੀ ਟੀਮ ਹੈ ਵਧਾਈ ਦੀ ਪਾਤਰ ਹੈ। ਲਓ ਇਧਰਲੇ ਪਾਸੇ ਫਿਰ ਦਰਸ਼ਨੀ ਰੇਡ ਪਾਉਂਦਾ ਹੋਇਆ ਨੌਜਵਾਨ, ਲੈ ਵੀ ਇਸ ਨੌਜਵਾਨ ਨੂੰ ਟੱਕਣਾ ਬੜਾ ਔਖਾ ਹੋਇਆ ਪਿਆ, ਬਿਲਕੁਲ ਨੇੜੇ ਜਾ ਕੇ ਟੱਕਣ ਦੀ ਕੋਸ਼ਿਸ਼ ਕਰੂੰਗਾ। ਆ ਨਹੀਂ ਰੀਸਾਂ ਤੇਰੀਆਂ, ਖੁਸ਼ਦੀਪ ਸਿੰਘ ਕੀ ਅਪੀਲ ਕੀਤੀ ਨੌਜਵਾਨ ਨੇ। ਹਾਂ ਮਨੀ ਨੇ ਕਹਿੰਦਾ ਕੋਈ ਗੱਲ ਨੀ ਵੀਰ, ਆਪਾਂ ਸਾਰੇ ਭਰਾ ਆ, ਰਲ ਮਿਲ ਕੇ ਖੇਡਣਾ, ਕਦੇ ਕਦੇ ਮੈਨੂੰ ਮਿਸਟੇਕਾਂ ਹੋ ਜਾਇਆ ਕਰਦੀਆਂ, ਕੋਈ ਚੱਕਰ ਨਹੀਂ। ਇਧਰਲੇ ਪਾਸੇ ਸਾਡੇ ਸੁਖਮਿੰਦਰ ਸਿੰਘ ਜੀ ਹੰਸਰਾ, ਉਹ ਵੀ ਕਵਰ ਕਰ ਰਹੇ, ਇਧਰਲੇ ਪਾਸੇ ਜੱਟ ਪਾਸੀ ਸਾਹਿਬ ਵੀ ਕਵਰ ਕਰ ਰਹੇ ਆ, ਸੋਢੀ ਨਾਗਰਾ ਸਾਹਿਬ ਵੀ ਕਵਰ ਕਰ ਰਹੇ ਆ, ਇਧਰਲੇ ਪਾਸੇ ਕਬੱਡੀ ਲਾਈਵ .com ਵਾਲੇ ਵੀ ਸਾਰੀ ਦੁਨੀਆ 'ਚ ਦਿਖਾ ਰਹੇ ਆ, PC 'ਚ, ਐਫ ਸਪੋਰਟ 'ਚ, ਉਧਰਲੇ ਪਾਸੇ ਸਾਰੇ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਵੀ, ਤੇ ਇਧਰਲੇ ਪਾਸੇ ਮਿੱਠੂ ਖੜ ਗਿਆ ਮੂਹਰੇ, USA ਵਾਲੇ ਵੀ ਬਿਲਕੁਲ ਵੇਖ ਰਹੇ ਆ, ਸਾਡੇ ਧੀਰੇ ਨੇ ਚਰੋਣੀ ਵੀ ਦੇਖ ਰਹੇ ਆ ਵੀ ਕੌਣ ਹੈ ਤੇ ਜੀਤੇ ਨੂੰ ਟੱਕਣਾ, ਬਹੁਤ ਵੱਡੀ ਗੱਲ ਹੋ ਗਈ ਮਿੱਠੂ ਵਾਸਤੇ, ਪਰ ਮਾਰੇ ਆ ਧੱਕੇ। ਔਰ ਪੁਆਇੰਟ ਹੈ ਇੰਟਰਨੈਸ਼ਨਲ ਪੰਜਾਬੀ ਇੰਟਰਨੈਸ਼ਨਲ ਵਾਲਿਆਂ ਦਾ, ਇਹ ਆ ਇੰਟਰਨੈਸ਼ਨਲ ਵਾਲਿਆਂ ਦਾ ਸੁਪਰ ਸਟਾਰ, ਪਰ ਮਿੱਠੂ ਵੀ ਦੁਨੀਆਂ ਦਾ ਤੇਜ਼ ਤਰਾਰ ਖੂਨ ਖਾਰ ਜਾਫੀ ਹੈ, ਪਰ ਇੱਕੋ ਜਿਹੇ ਗੱਭਰੂ ਹੈ, ਸਾਨਾਂ ਦੇ ਭੇਡਾਂ ਵਾਲੀ ਗੱਲ ਬਣੀ ਪਈ। ਉਹਦੇ ਪਾਸੇ ਜਿੰਦਰ ਫੁੱਟਰ ਇਸ ਨੌਜਵਾਨ ਦਾ ਮੂੰਹ ਸਾਫ਼ ਕਰਾ ਕੇ ਉਹਨੂੰ ਕਹਿੰਦੇ ਵੀ ਤੂੰ ਮੁੜਕਾ ਪੂੰਝ ਲਾ ਤੇ ਫੇਰ ਚੱਲ, ਬਿਲਕੁਲ ਕੋਲੇ ਖੜ ਕੇ ਰੇਡਾਂ ਪਾਉਂਦਾ ਜਿਵੇਂ ਸਿਆਣਾ ਜਿਮੀਦਾਰ ਅੜੰਬੇ ਤੇ ਰੁੱਗ ਲਾਉਂਦਾ ਹੁੰਦਾ ਸੀਰੀਆਂ ਤੋਂ। ਹਾਂ ਮੈਚ ਪੂਰਾ ਗਰਮ ਹੈ, ਮੈਨੂੰ ਲੱਗਦਾ ਵੀ ਮੈਚ ਪੂਰਾ ਫਸਿਆ ਪਿਆ, ਕੀ ਹੋਇਆ? ਇਹ ਆ ਮੀਕ ਠਾ ਦੇ ਵੀ, ਮੀਕ ਨੇ ਜੱਪਾ ਲਾ ਦਿੱਤਾ ਗੁਰਪ੍ਰੀਤ ਨੂੰ, ਉਹਦੇ ਪਾਸੇ ਗੋਪੀ ਦੇ ਨਾਲ ਭਰਾਵਾਂ ਵਾਲੀਆਂ ਗੱਲਾਂ ਸਾਂਝੀਆਂ ਕਰਦਾ ਹੋਇਆ, ਕੋਈ ਗੱਲ ਨੀ ਕਹਿੰਦਾ ਸ਼ਾਮ ਨੂੰ ਮਿਲਦੇ ਹਾਂ। ਹਾਂ ਮੈਚ ਖੇਡ ਲਈਏ, ਨਹਾ ਧੋ ਕੇ ਫਿਰ ਗੇੜੇ ਦੇਣੇ ਆਪਾਂ ਸਾਰਿਆਂ ਨੇ, ਤੇ ਮੁੜ ਕੇ ਇਧਰਲੇ ਪਾਸੇ ਮੈਚ ਪੂਰਾ ਦਰਸ਼ਨੀ ਹੈ। ਲਓ ਇਧਰਲੇ ਪਾਸੇ ਸਾਰੇ ਹੀ ਸਾਡੇ ਕਹਿੰਦੇ ਵੀ ਬਿੰਦੀ ਸਰਾਏ ਹੋਣੀ ਪੂਰੇ ਪੱਪਾਂ ਭਾਰ ਆ, ਸਤਨਾਮ ਸਰਾਏ ਹੋਣੀ ਪੂਰੇ ਪੱਪਾਂ ਭਾਰ ਆ, ਜਿੰਦਰ ਪੁੱਟਰ, ਕੁਲਵੰਤ ਢੀਡਸਾ, ਕੁਲਦੀਪ ਸਰਾਂ, ਜਸਪਾਲ ਮਾਨ ਤੇ ਸਾਰੇ ਹੀ ਸਾਡੇ ਸੋਢੀ ਨਰਵਾਲ ਹੋਣੀ। ਇਹ ਅਮਨ ਨੇ ਕੀਤੀ ਸੀ ਟਰਾਈ ਦੁੱਲੇ ਨੂੰ ਟੱਕਣ ਦੀ, ਤੇ ਲਓ ਵੀ ਦੁੱਲਾ ਹਰਦਵਿੰਦਰਜੀਤ ਸਿੰਘ ਦੁੱਲੇ ਨੂੰ ਫਿਰ ਉਹਨਾਂ ਨੇ ਇੱਕ ਵਾਰੀ ਸੇਵਾ ਦਾ ਮੌਕਾ ਦਿੱਤਾ। ਸਾਡੇ ਜਿੰਦਰ ਪੁੱਟਰ ਜੀ ਕਹਿੰਦੇ ਵੀ ਪਾਣੀ ਪੀ ਲਾ ਤੇ ਹੋ ਲਿਆ ਕੇ ਨਾ ਸਿੱਧਾ, ਇਹ ਜਦੋਂ ਵਿਰੋਧੀਆਂ ਦੇ ਪਾਲੇ ਦੇ ਵਿੱਚ ਹੁੰਦੇ ਆ ਉਦੋਂ ਪੂਰੀ ਟੱਕਰ ਹੁੰਦੀ ਹੈ, ਪਰ ਜਦੋਂ ਬਾਹਰ ਜਾਂਦੇ ਆ ਫਿਰ ਇਕੱਠੇ ਬੈਠ ਕੇ ਗੱਲਾਂ ਕਰਦੇ ਆ, ਭਰਾਵਾਂ ਵਾਲੀ ਗੱਲ ਹੁੰਦੀ ਹੈ। ਲਓ ਚਾਰੇ ਜਣੇ ਪੂਰੇ ਕਾਇਮ ਟੱਕਣ ਦੀ ਪੂਰੀ ਕੋਈ ਕਰਨਗੇ, ਮੀਕ ਬਿਲਕੁਲ ਕੰਨੀ ਦੇ ਉੱਤੇ, ਇਹ ਪੈ ਗਿਆ ਟੁੱਟ ਕੇ, ਕਹਿੰਦੇ ਵੀ ਦੜਵੇ ਵਾਲਾ ਨੌਜਵਾਨ ਇਹ ਗਿੱਲ ਪਰਿਵਾਰ ਦਾ, ਖੁਸ਼ਦੀਪ ਸਿੰਘ, ਖੁਸ਼ੀ ਹੈ ਛੋਟਾ ਨਾਂ ਨੌਜਵਾਨ ਦਾ, ਖੁਸ਼ੀ ਦੇ ਨਾਂ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਹੋ ਗਿਆ। ਪਰ ਇਧਰਲੇ ਪਾਸੇ ਫਿਰ ਉਧਰ ਵੀ ਦੁੱਲਾ, ਇਧਰ ਵੀ ਦੁੱਲਾ, ਇਹ ਦੁੱਲੇ ਤਿੰਨ ਇਕੱਠੇ ਹੋ ਗਏ ਆਪਣੇ ਇਸ ਮੇਲੇ ਦੇ ਵਿੱਚ, ਇੱਕ ਕੈਲੀਫੋਰਨੀਆ ਵਾਲਾ ਦੁੱਲਾ ਤੇ ਇੱਕ ਆਹ ਦੁੱਲਾ ਤੇ ਇੱਕ ਕਹਿੰਦੇ ਸੁਰਖਪੁਰੀਆ ਦੁੱਲਾ। ਲਓ ਮੈਚ ਪੂਰਾ ਗਰਮ ਲੱਗਿਆ ਹੋਇਆ ਪੂਰਾ ਜ਼ੋਰ, ਕਹਿੰਦੇ ਵੀ ਪਿੰਦਰ ਨੂੰ ਚਮੇਰ ਵਾਲੇ ਨੂੰ ਵਿਚਾਲੇ ਕਰ ਲਿਆ, ਕਹਿੰਦਾ ਤੂੰ ਦੋ ਹੱਥ ਤੂੰ ਕਰ, ਲੈ ਵੀ ਪੈ ਗਿਆ ਟੁੱਟ ਕੇ ਸੁੱਤੇ ਲਾ ਕੇ, ਇਹ ਨੌਜਵਾਨ ਮੈਨੂੰ ਲੱਗਦਾ ਵੀ ਇਹ ਡਾਕਿਆ ਭੰਗੜੇ ਪਾਊਗਾ, ਇਹ ਮਾਰੇ ਪੈਰ, ਇਹ ਆ ਦਰਸ਼ਨੀ ਨੌਜਵਾਨ, ਦੋਨੇ ਇੱਕੋ ਜਿਹੇ ਗੱਭਰੂ, ਸਾਨਾਂ ਦੇ ਪੇੜ, ਜਿੰਦਰ ਪੁੱਟਰ ਨੇ ਦਿੱਤੀ ਹਲਕੀ ਜਿਹੀ ਤਾਪੀ ਜਿਵੇਂ ਸਿਆਣੀ ਔਰਤ ਮੱਝ ਚੁੱਕ ਦਿੰਦੀ ਹੈ। ਹਾਂ ਮੈਚ ਪੂਰਾ ਫਸਿਆ ਹੋਇਆ, ਪਲੇਅਰਾਂ ਨੂੰ ਹੌਸਲੇ ਦੇਣੇ ਪੈਂਦੇ, ਥਾਪੀਆਂ ਦੇਣੀਆਂ ਪੈਂਦੀਆਂ। ਗੁਰਪ੍ਰੀਤ ਸਿੰਘ
ਇਸ ਨੌਜਵਾਨ ਨੇ ਵੱਡਾ ਨਾਂ ਬਣਾਇਆ ਹੋਇਆ। ਅੱਜ ਕੱਲ੍ਹ ਕਹਿੰਦੇ ਵੀ ਬੀਸੀ ਦਾ ਵਸਨੀਕ ਬਣਿਆ ਹੋਇਆ, ਪਰ ਦੂਜੇ ਪਾਸੇ ਆਹ ਕਹਿੰਦੇ ਵੀ ਮੰਗੀ ਵਾਹ ਨਾ ਭੋਰਦੀ ਜਾਵੇ। ਆਹ ਆਹ ਇਹ ਆ ਮੰਗੀ, ਮੰਗਤ ਸਿੰਘ ਮੰਗੀ, ਇੱਕ ਇੱਕ ਰੇਡ ਵੱਜਦੀ ਹੈ। ਪੁਆਇੰਟਾਂ ਦਾ ਵੇਰਵਾ ਸੁਣ ਕੇ ਜਾਣਾ ਸਾਰਿਆਂ ਨੇ, ਸੀਟਾਂ 'ਤੇ ਬੈਠੇ ਰਹਿਣਾ, ਹਿੱਲਣਾ ਨਹੀਂ। ਇੱਕ ਇੱਕ ਰੇਡ ਵੱਜ ਗਈ ਹੈ। ਸਭ ਹੀ ਜੰਡਿਆਲੀ ਬਹੁਤ ਵੱਡੀ ਸੇਵਾ ਜੀ ਇਸ ਨੌਜਵਾਨ ਨੇ ਕੀਤੀ ਹੈ। ਹਾਂਜੀ, ਕੀ ਹੁਕਮ ਹੈ? ਇੱਧਰਲੇ ਪਾਸੇ ਨੂੰ ਹੋ ਜਾਓ। ਹਾਂ ਲੈ ਵੀ ਚੱਲ, ਲੈ ਵੀ ਜੌਨੀ ਦੇ ਨਾਂ ਦੇ ਉੱਤੇ ਜਿੱਤ ਹਾਰ ਦੇ ਕਹਿੰਦੇ ਵੀ ਮੋਹਰਾਂ ਲੱਗ ਜਾਣੀਆਂ। ਵੇਖ ਲਓ ਦੂਜੇ ਪਾਸੇ ਪੂਰੇ ਚਾਰੇ ਮਿੱਠੂਆਣੀ ਕਾਇਮ ਹੈ। ਮੈਨੂੰ ਲੱਗਦਾ ਵੀ ਅਮਨ ਪੂਰਾ ਕਾਇਮ ਹੈ, ਮਿੱਠੂ ਪੂਰਾ ਕਾਇਮ ਹੈ, ਹੈਰੋ ਪੂਰਾ ਕਾਇਮ ਹੈ। ਕੌਣ ਦੋ ਹੱਥ ਕਰੂੰਗਾ? ਅਮਨ ਨੂੰ ਲਾਇਆ ਹਲਕਾ ਜਿਹਾ ਹੱਥ, ਤੇ ਪੁਆਇੰਟ ਹੈ ਮਨਿੰਦਰ ਸਿੰਘ ਜੌਨੀ ਦਾ। ਅੰਨੇ ਵੀ ਸਾਂਦਰੀਆਂ ਪੁਆਇੰਟਰ ਹੈ ਇੰਟਰਨੈਸ਼ਨਲ ਵਾਲਿਆਂ ਦਾ। ਦੂਜੇ ਪਾਸੇ ਗੁਰਪ੍ਰੀਤ ਸਿੰਘ ਦੀ ਰੇਡ ਹੈ। ਹਾਂ ਹਲਕੀ ਜਿਹੀ ਅੱਖ ਦੇ ਉੱਤੇ ਚੋਟ ਵੀ ਆਈ ਹੈ ਨੌਜਵਾਨ ਦੇ, ਪਰ ਪਰਵਾਹ ਨਹੀਂ ਕਰਦਾ, ਵੱਡਾ ਜਿਗਰਾ ਪੱਠਲ ਜਿੱਡਾ ਕਾਲਜ ਇਸ ਨੌਜਵਾਨ ਦਾ। ਦੇਖੋ ਦੋ ਹੱਥ ਕਿਹਦੇ ਨਾਲ ਕਰੂਗਾ? ਚਾਰ ਦੁਨੀਆਂ ਦੇ ਮਹਾਂਬਲੀ ਯੋਧੇ ਮੂਹਰੇ ਖੜੇ ਆ। ਚਾਰਾਂ ਚੋਂ ਜਿਹਨੂੰ ਮਰਜ਼ੀ ਹੱਥ ਲਾ ਲਾ, ਡੰਗ ਇੱਕੋ ਜਿਹਾ ਮਾਰਨਗੇ ਬਰਾਬਰ ਦਾ। ਇਹ ਆ ਮੰਗਤ ਸਿੰਘ ਮੰਗੀ, ਦੂਜੇ ਪਾਸੇ ਗੋਪੀ ਗੁਰਪ੍ਰੀਤ ਸਿੰਘ।